ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮਖੂ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਕੁਝ ਕੌੜੇ ਸੱਚ ਵਿੱਚ। ਜਿਵੇਂ ਕਿ ਤੁਹਾਨੂੰ ਪਤਾ, ਅਸੀਂ ਹਰ ਵਾਰ ਕਿਸੇ ਉੱਘੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਦਾ ਮਾਣ ਹਾਸਲ ਕਰਦੇ ਹਾਂ। ਅੱਜ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਾਡੇ ਸਟੂਡੀਓ ਵਿੱਚ ਪਹੁੰਚੇ ਹਨ ਸਰਦਾਰ ਨਵਜੋਤ ਸਿੰਘ ਹਰੀਕੇ, ਜੋ ਲੰਮੇ ਸਮੇਂ ਤੋਂ ਤੁਸੀਂ ਦੇਖਦੇ ਹੋ ਕਿ ਰਬਾਬ ਨਾਲ ਕੀਰਤਨ ਕਰਨ ਵਾਲੇ ਕੀਰਤਨੀਏ ਘੱਟ ਹੈ, ਜਾਂ ਘੱਟ ਸ਼ਬਦ ਵੀ ਨਾ ਵਰਤਾਂ, ਇੰਝ ਕਹਿ ਵੀ ਹੈ ਹੀ ਨਹੀਂ। ਬੜੀ ਹੈਰਾਨਗੀ ਹੁੰਦੀ ਹੈ ਕਿ ਰਬਾਬ ਤੋਂ ਸਾਡੀ ਸ਼ੁਰੂਆਤ ਹੋਈ ਹੈ ਅਤੇ ਅੱਜ ਸਾਡੇ ਕੋਲ ਰਬਾਬ ਨਾਲ ਕੀਰਤਨ ਕਰਨ ਵਾਲੇ ਕੀਰਤਨੀਏ ਕਿਉਂ ਨਹੀਂ ਹੈ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਾਂਗੇ ਸਰਦਾਰ ਨਵਜੋਤ ਸਿੰਘ ਦੇ ਕੋਲੋਂ। ਆਓ, ਪਹਿਲਾਂ ਇਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਾਣਕਾਰੀ ਲੈਣੀ ਚਾਹੁੰਦੇ ਹਾਂ, ਰਬਾਬ ਕੀ ਹੈ? ਦੇਖੋ, ਜਦੋਂ ਸੰਸਾਰ ਦੀ ਸ਼ੁਰੂਆਤ ਹੋਈ ਹੈ ਜੀ, ਤੇ ਸੰਗੀਤ ਦਾ ਸ਼ੁਰੂ ਤੋਂ ਲੈ ਕੇ ਜਦੋਂ ਮਨੁੱਖ ਜੰਗਲ ਦੇ ਵਿੱਚ ਰਹਿੰਦਾ ਸੀ ਜੀ, ਜੰਗਲ ਦੇ ਵਿੱਚ ਰਹਿਣ 'ਤੇ ਵੀ ਇਹਨੇ ਆਪਣੇ ਜਾਨਵਰਾਂ ਦੀ ਖੱਲ ਕਿਸੇ ਖੋਖਲੇ ਪਣ ਦੇ ਉੱਤੇ ਮੜ ਕੇ ਉਹਦਾ ਡਮਰੂ ਬਣਾ ਲਿਆ, ਜਾਂ ਕਹਿ ਲਓ ਕਿ ਉਹਦਾ ਡੱਗਾ ਬਣਾ ਲਿਆ। ਇਹ ਆਪਣੇ ਆਪ ਨੂੰ ਤਰੋ ਤਾਜ਼ਾ ਕਰਨ ਵਾਸਤੇ, ਸੰਗੀਤ ਕੁਦਰਤ ਦੀ ਇੱਕ ਦੇਣ ਆ, ਉਹਦੇ ਵਿੱਚ ਰਚਣ ਵਾਸਤੇ ਇਹਨੇ ਆਪਣੇ ਆਪ ਨੂੰ ਤਿਆਰ ਕੀਤਾ ਜੀ, ਅਤੇ ਸੰਗੀਤ ਤਿਆਰ ਕੀਤਾ ਇਹਨੇ। ਅਤੇ ਸੰਗੀਤ ਜਦੋਂ ਹੌਲੀ ਹੌਲੀ ਮਨੁੱਖ ਨੇ ਆਪਣਾ ਕਦਮ ਅੱਗੇ ਵਧਾਇਆ, ਅੱਗ ਦੀ ਖੋਜ ਹੋਈ, ਚੱਕੇ ਦੀ ਖੋਜ ਹੋਈ, ਅੱਗੇ ਵਧਿਆ, ਅਤੇ ਇਹਨੇ ਸੰਗੀਤ ਨੂੰ ਵੀ ਅੱਗੇ ਵਧਾਇਆ ਨਾਲ ਨਾਲ ਜੀ। ਕਈ ਐਸੀਆਂ, ਹਰ ਚੀਜ਼ ਦਾ ਵਿਕਾਸ ਹੁੰਦਾ ਗਿਆ, ਬਿਲਕੁਲ ਐਸੀਆਂ ਪੱਧਤੀਆਂ ਵੀ ਮਿਲੀਆਂ ਨੇ, ਜਿਵੇਂ ਮਹਿੰਜੋਦੜੋ ਹੋ ਗਿਆ, ਹੜੱਪਾ ਦੀ ਸੱਭਿਅਤਾ ਹੈ, ਉਹਦੇ ਅੰਦਰ ਕੰਧਾਂ ਦੇ ਉੱਤੇ ਬਣੇ ਹੋਏ ਚਿੱਤਰ ਅਤੇ ਉਹਨਾਂ ਦੇ ਜਿਹੜੇ ਸਾਜ਼ ਵਜਾਉਂਦੇ ਸਨ ਉਹਨਾਂ ਨੂੰ ਦਰਸਾਇਆ ਗਿਆ, ਤਾਂ ਪਤਾ ਲੱਗਦਾ ਹੈ ਕਿ ਉਹ ਲੋਕ ਜਿਹੜੇ ਨੇ ਉਹ ਸੰਗੀਤ ਨੂੰ ਨਾਲ ਨਾਲ ਲੈ ਕੇ ਚੱਲਦੇ ਸਨ ਜੀ। ਸੋ ਇਸ ਤਰ੍ਹਾਂ ਸਫ਼ਰ ਚੱਲਦਾ ਚੱਲਦਾ ਜਦੋਂ ਕਾਫ਼ੀ ਮਨੁੱਖ ਨੇ ਵਿਕਾਸ ਕੀਤਾ ਅਤੇ ਇੱਕ ਸਾਜ਼ ਬੜਾ ਪ੍ਰਚਲਿਤ ਹੋਇਆ ਜਿਹੜਾ ਅਫਗਾਨ ਵਾਲੀ ਸਾਈਡ ਬਹੁਤ ਜ਼ਿਆਦਾ, ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਪ੍ਰਚਲਿਤ ਹੋਇਆ, ਅਫਗਾਨਿਸਤਾਨ ਦੇ ਲੋਕ, ਕਸ਼ਮੀਰੀ ਲੋਕ ਜਿਹੜੇ ਜਿਸ ਸਾਜ਼ ਦੀ ਵਰਤੋਂ ਕਰਦੇ ਸਨ, ਇਹਦਾ ਨਾਮ ਰੱਖਿਆ ਗਿਆ ਰਬਾਬ। ਅਸਲ ਵਿੱਚ ਰਬਾਬ ਲਫ਼ਜ਼ ਹੈ ਜਿਹੜਾ, ਇਹ ਫਾਰਸੀ ਭਾਸ਼ਾ ਦਾ, ਇਹਦਾ ਭਾਵ ਹੈ ਰੱਬੇ ਆਬ, ਵੀ ਰੱਬ ਦੀ ਨਿਆਮਤ, ਰੱਬ ਦੀ ਖੁਸ਼ੀ ਦਾ, ਰੱਬ ਦੇ ਸੰਗੀਤ ਦਾ ਇੱਕ ਝਰਨਾ, ਆਬ ਪਾਣੀ ਝਰਨਾ, ਅਤੇ ਰੱਬੇ ਭਾਵ ਕੇ ਰੱਬੀ ਰਹਿਮਤ, ਰੱਬੀ ਰਹਿਮਤ ਦਾ ਇੱਕ ਝਰਨਾ, ਰੱਬੇ ਆਬ। ਸੋ ਇਹ ਰਬਾਬ ਜਿਹੜੀ ਹੈ, ਇਹਦੀ ਟੁਣਕਾਰ ਤੁਹਾਡੇ ਦਿਲ ਨੂੰ ਮੋਹਣ ਵਾਲੀ ਹੈ, ਇਹਦੀ ਇਹਨੂੰ ਅਸੀਂ ਸਟਰੋਕ ਨਾਲ ਚਲਾਉਂਦੇ ਹਾਂ। ਕੁਝ ਚੀਜ਼ਾਂ ਹੁੰਦੀਆਂ ਨੇ, ਅੱਜ ਤੱਕ ਲੋਕ ਕਹਿੰਦੇ ਸਨ ਕਿ ਗਜ ਨਾਲ ਵੀ ਇੱਕ ਰਬਾਬ ਐਸੀ ਹੈ, ਉਹਦਾ ਰਬਾਬ ਨਾਮ ਹੈ ਪਰ ਉਹ ਗਜ ਨਾਲ ਵੱਜਦੀ ਹੈ, ਜਿਸ ਨੂੰ ਅਸੀਂ ਖਿੱਚ ਕੇ ਵਜਾਉਂਦੇ ਹਾਂ, ਗਜ ਨਾਲ ਲੋਕਾਂ ਦੀ ਮਨੌਤ ਹੈ। ਅਤੇ ਕੁਝ ਲੋਕ ਕਹਿੰਦੇ ਨੇ ਕਿ ਗਜ ਜਿਵੇਂ ਅੱਜ ਕੱਲ੍ਹ ਜਿਸ ਨੂੰ ਅਸੀਂ ਗਿਟਾਰ ਕਹਿੰਦੇ ਹਾਂ, ਮੈਂਡੋਲੀਅਨ ਕਹਿੰਦੇ ਨੇ, ਜਿਵੇਂ ਅੱਜ ਦਰਬਾਰ ਸਾਹਿਬ ਵੀ ਕੁਝ ਇੱਕ ਦੋ ਵੀਰ ਹੈ ਨੇ ਜਿਹੜੇ ਰਬਾਬ ਵਜਾਉਂਦੇ ਨੇ, ਅਤੇ ਦਾਸ ਨੇ ਵੀ ਸੇਵਾ ਕੀਤੀ ਹੈ ਦਰਬਾਰ ਸਾਹਿਬ ਰਬਾਬ ਦੀ ਜੀ। ਸੋ ਉਹ ਉਸ ਸਟਰੋਕ 'ਤੇ ਰਬਾਬ ਵੱਜਦੀ ਹੈ ਜਿਵੇਂ ਗਿਟਾਰ। ਸੋ ਇਹ ਅਫਗਾਨਿਸਤਾਨ ਦੇ ਵਿੱਚ ਪ੍ਰਚਲਿਤ ਹੋਣ ਕਰਕੇ ਜਦੋਂ ਉਹਨਾਂ ਨੇ ਇੱਧਰ ਹਮਲੇ ਕੀਤੇ, ਅਤੇ ਉਹਨਾਂ ਦਾ ਲਾਜ਼ਮੀ ਹੈ ਕਿ ਉਹਨਾਂ ਨੇ ਆਪਣਾ ਸੰਗੀਤ, ਆਪਣਾ ਨਾਚ, ਆਪਣਾ ਸਾਰਾ ਕੁਛ ਆਪਣਾ ਨਾਲ ਹੀ ਨਾਲ ਲੈ ਕੇ ਆਉਣਾ, ਆਪਣਾ ਸੱਭਿਆਚਾਰ, ਆਪਣਾ ਕਲਚਰ ਸਾਰਾ ਕੁਛ ਨਾਲ ਲੈ ਕੇ ਜੀ। ਅਤੇ ਉਹ ਕਲਚਰ ਦੇ ਨਾਲ ਆਉਣ ਨਾਲ ਇੱਧਰ ਰਬਾਬ ਆਈ ਜੀ। ਪਰ ਹੁਣ ਅਸਲੀਅਤ ਵੇਖਣ ਵਾਲੀ ਗੱਲ ਇਹ ਸੀ, ਜ਼ਿਆਦਾਤਰ ਸੋਚਣ ਵਾਲੀ ਗੱਲ ਇਹ ਵੀ ਗੁਰੂ ਨਾਨਕ ਸਾਹਿਬ ਜੀ ਨੇ ਰਬਾਬ ਕਿਉਂ ਪ੍ਰਵਾਨ ਕੀਤੀ। ਹੁਣ ਰਬਾਬ ਸੀ, ਇਹ ਵਜਾਉਂਦੇ ਨੇ ਭਾਈ ਮਰਦਾਨਾ ਜੀ, ਅਤੇ ਰਬਾਬ ਨੂੰ ਕੇਵਲ ਗਾ ਕੇ ਮੰਗਣ ਤੱਕ ਸੀਮਿਤ ਰੱਖਿਆ ਗਿਆ ਉਹਨਾਂ ਲੋਕਾਂ ਨੇ, ਵੀ ਜਾਂ ਇਹ ਕਿਸੇ ਨਾਚ ਵਾਸਤੇ ਕੋਠੇ 'ਤੇ ਵੱਜਿਆ ਕਰੇਗੀ, ਅਤੇ ਜਾਂ ਇਹ ਫਿਰ ਇਹ ਤੁਸੀਂ ਮੰਗ ਸਕਦੇ ਹੋ ਗਲ 'ਚ ਪਾ ਕੇ ਅਤੇ ਗਾ ਕੇ ਮੰਗ ਲਓ। ਅਤੇ ਇਹਨਾਂ ਲੋਕਾਂ ਨੇ ਸੰਗੀਤ ਆਪਣੇ ਹੁਨਰ ਦੇ ਰਾਹੀਂ ਲੋਕੀ ਪੈਸਾ ਇਕੱਠਾ ਕਰਦੇ ਸੀ, ਪੈਸਾ ਇਕੱਠਾ ਕਰਦੇ ਸੀ। ਫਿਰ ਮੁਸਲਮਾਨ ਧਰਮ ਦੇ ਅੰਦਰ ਇਹ ਸੰਗੀਤ ਦੀ ਮਨਾਹੀ ਹੈ, ਇਸ ਕਰਕੇ ਰਬਾਬ ਨੂੰ ਇਹ ਉੱਪਰ ਨਹੀਂ ਲਿਜਾ ਸਕੇ, ਸਿਰਫ ਆਪਣੇ ਮਜ਼ੇ ਵਾਸਤੇ ਸ਼ਰਾਬ ਪੀਣੀ, ਸ਼ਰਾਬ ਪੀ ਕੇ ਅਤੇ ਰਬਾਬ ਵਜਾਉਣੀ ਅਤੇ ਨਾਚ ਗਾਣਾ ਕਰਨਾ, ਬਸ ਇੱਥੋਂ ਤੱਕ ਸੀਮਤ ਸੀ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਸਾਜ ਦੀ ਅਹਿਮੀਅਤ ਨੂੰ ਸਮਝਿਆ। ਉਹ ਅਹਿਮੀਅਤ ਕੀ ਹੈ? ਇੱਕ ਤਾਂ ਤੁਹਾਨੂੰ ਸੁਰ ਦਿੰਦੀ ਹੈ, ਇੱਕ ਸੁਰ ਦਿੰਦੀ ਹੈ, ਇੱਕ ਤਾਲ ਦਿੰਦੀ ਹੈ, ਤੁਹਾਨੂੰ ਵੱਖਰਾ ਤਾਲ ਵਾਸਤੇ ਵੱਖਰੇ ਸਾਜੀ ਚੱਕਣ ਦੀ ਲੋੜ ਨਹੀਂ। ਅੱਛਾ ਜੀ, ਜਿਵੇਂ ਹਾਰਮੋਨੀਅਮ ਦੇ ਨਾਲ ਤਬਲੇ ਦੀ ਜ਼ਰੂਰਤ ਹੈ, ਇਹਦੇ ਨਾਲ ਤਾਲ ਵਾਸਤੇ ਜ਼ਰੂਰਤ ਨਹੀਂ, ਤਾਲ ਵਾਸਤੇ ਜ਼ਰੂਰਤ ਨਹੀਂ। ਅੱਛਾ, ਫਿਰ ਖਾਸ ਗੱਲ ਹੈ ਕਿਉਂਕਿ ਇਹ ਸਟਰੋਕ ਨਾਲ ਚੱਲਦੀ ਹੈ। ਜੇ ਮੰਨ ਲਓ ਤੁਸੀਂ ਦੀਪ ਚੰਦੀ ਗਾ ਰਹੇ,
ਦਾਦਰਾ ਤਾਲ ਗਾ ਰਹੇ ਇਹਨੇ ਆਪਣੇ ਆਪ ਹੀ ਸੁਰ ਦੇ ਸੁਰ ਵੀ ਦੇਣੀ ਹੈ ਤੇ ਦਾਦਰੇ ਦਾ ਜਾਂ ਕਹਿਰਵੇ ਦਾ ਜਾਂ ਉਹਦਾ ਹੁਲਾਰਾ ਵੀ ਦੇਣਾ ਇਸ ਕਰਕੇ ਤੁਹਾਨੂੰ ਸਾਜੀ ਰੱਖਣ ਦੀ ਲੋੜ ਨਹੀਂ ਨਾਲ ਤਬਲਾ ਵਜਾਉਣ ਦੀ ਲੋੜ ਇਸ ਕਰਕੇ ਰਬਾਬ ਜਿਹੜੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਤੇ ਇੱਕ ਸਾਥੀ ਪਸੰਦ ਕੀਤਾ ਤੇ ਦੂਜਾ ਇਹ ਮਹਾਰਥੀ ਸਨ ਹੁਣ ਭਾਈ ਮਰਦਾਨਾ ਜੀ ਬਾਰੇ ਥੋੜ੍ਹਾ ਜਿਹਾ ਮੈਂ ਪਿੱਛੇ ਜਾਣਾ ਚਾਹੁੰਦਾ ਜਿਹੜਾ ਤਾਨਸੈਨ ਹੈ ਤਾਨਸੈਨ ਦੀ ਖੁਸ਼ਾਮਦ ਬੜੀ ਹੋਈ ਉਹਨੂੰ ਪੁੱਛਿਆ ਗਿਆ ਵੀ ਜੇ ਤੂੰ ਇੰਨਾ ਸੋਹਣਾ ਗਾਉਣਾ ਤੇਰਾ ਗੁਰੂ ਕਿੰਨਾ ਸੋਹਣਾ ਗਾਉਂਦਾ ਹੋਏਗਾ ਉਹਨਾਂ ਕਿਹਾ ਵੀ ਮੇਰਾ ਤੇਰਾ ਗੁਰੂ ਕੌਣ ਹੈ ਉਹ ਕਹਿੰਦਾ ਮੇਰਾ ਗੁਰੂ ਹਰਦਾਸ ਹੈ ਤੇ ਹਰਦਾਸ ਦਾ ਜਿਹੜਾ ਸਮਾਂ ਹੈ ਉਹ ਜਾਂਦਾ ਗੁਰੂ ਇਹ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਟਾਈਮ 'ਤੇ ਤੀਸਰੇ ਪਾਤਸ਼ਾਹ ਕਿਉਂਕਿ ਉਹ ਅਕਬਰ ਦਾ ਤਾਨਸੈਨ ਜਿਹੜਾ ਅਕਬਰ ਦੇ ਦਰਬਾਰ ਦਾ ਹੈ ਅਤੇ ਜਿਹੜਾ ਹਰਦਾਸ ਹੈ ਉਹ ਤਾਨਸੈਨ ਦਾ ਗੁਰੂ ਇਸ ਕਰਕੇ ਉਹ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਸਾਹਿਬ ਦੇ ਮੱਧ ਕਾਲ ਦੇ ਵਿੱਚ ਆਉਂਦਾ ਜੀ ਹੁਣ ਕਿਹਾ ਵੀ ਹਰਦਾਸ ਦਾ ਗੁਰੂ ਕੌਣ ਹੈ ਅਤੇ ਸਾਨੂੰ ਅਚੰਭਾ ਹੋਏਗਾ ਸੰਗਤ ਨੂੰ ਅੱਜ ਤੱਕ ਪਤਾ ਨਹੀਂ ਪਈ ਹਰਦਾਸ ਦਾ ਗੁਰੂ ਬਾਬਾ ਮਰਦਾਨਾ ਜੀ ਨੇ ਅਤੇ ਸੋ ਤਾਨਸੈਨ ਦੀਆਂ ਨਾੜਾਂ ਦੇ ਵਿੱਚ ਜਿਹੜੀਆਂ ਸੁਰਾਂ ਵੱਜ ਰਹੀਆਂ ਨੇ ਜਿਹੜੀ ਤਾਨਸੈਨ ਦੇ ਗਲੇ ਵਿੱਚੋਂ ਤਾਨ ਨਿਕਲ ਰਹੀ ਹੈ ਉਹਦੇ ਜਨਮਦਾਤਾ ਭਾਈ ਮਰਦਾਨਾ ਜੀ ਨੇ ਮਹਾਰਥੀਆਂ ਦੇ ਮਹਾਰਥੀ ਜੀ ਭਾਈ ਮਰਦਾਨਾ ਜੀ ਪਰ ਇਹ ਚੀਜ਼ ਅੱਗੇ ਇੰਨੀ ਜ਼ਿਆਦਾ ਪ੍ਰਚਾਰੀ ਕਿਉਂ ਨਹੀਂ ਗਈ ਪ੍ਰਚਾਰੀ ਜਾਣ ਦਾ ਕਾਰਨ ਇਹ ਹੈ ਕਿ ਤੁਸੀਂ ਇਸ ਚੀਜ਼ ਨੂੰ ਵੇਖੋ ਵੀ ਇਹ ਔਖਾ ਇੰਨਾ ਹੈ ਵੀ ਇਹਦੇ 'ਤੇ ਮਿਹਨਤ ਇੰਨੀ ਕਰਨੀ ਪੈਣੀ ਹੈ ਅਤੇ ਮਿਹਨਤ ਸਾਨੂੰ ਪਸੰਦ ਨਹੀਂ ਹੈ ਅਸੀਂ ਮਿਹਨਤ ਕਰਨ ਦੇ ਵਿੱਚ ਬਹੁਤ ਨਾ ਰਬਾਬ ਦੀ ਕਿਹੜੀ ਐਸੀ ਖਾਸੀਅਤ ਹੈ ਜਿਹੜੀ ਨੂੰ ਬਾਕੀ ਸਾਜ਼ਾਂ ਤੋਂ ਵੱਖਰੀਆਂ ਕਰਦੀ ਹੈ ਜੀ ਇੱਕ ਮੈਂ ਸਤਿਕਾਰਯੋਗ ਸਾਰੇ ਸਾਜ਼ ਨੇ ਜੀ ਸਾਰੇ ਸਾਜ਼ ਬੜੇ ਸਤਿਕਾਰਯੋਗ ਨੇ ਇਹਦੀ ਕਿਹੜੀ ਐਸੀ ਖਾਸੀਅਤ ਹੈ ਜਿਹੜੀ ਬਾਕੀ ਸਾਜ਼ਾਂ ਤੋਂ ਰਬਾਬ ਨੂੰ ਇੱਕ ਵੱਖਰੇ ਰੂਪ 'ਚ ਪੇਸ਼ ਕਰਦੀ ਹੈ ਵੇਖੋ ਜੀ ਪਹਿਲੀ ਖਾਸੀਅਤ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ ਕਿ ਇਹਦੇ ਵਿੱਚ ਸਟ੍ਰੋਕ ਨਾਲ ਚੱਲਣ ਕਰਕੇ ਇਹ ਜਿਹੜੀ ਹੈ ਰਬਾਬ ਹੈ ਇਹ ਤਾਲ ਦਾ ਕੰਮ ਵੀ ਦਿੰਦੀ ਹੈ ਦੂਜੀ ਗੱਲ ਹੈ ਕਿ ਜਿਹੜੇ ਸਾਜ਼ ਜੀ ਨੇ ਗਾਉਣਾ ਹੈ ਉਹਨੂੰ ਆਪਣੀ ਗੋਦੀ ਵਿੱਚ ਰੱਖ ਕੇ ਰਬਾਬ ਵਜਾ ਕੇ ਨਾਲ ਅਤੇ ਨਾਲ ਗਾਉਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਇਹ ਬਹੁਤਾ ਲੰਮਾ ਚੌੜਾ ਸਾਜ਼ ਨਹੀਂ ਇਹ ਬਿਲਕੁਲ ਤੁਸੀਂ ਇਹ ਮੰਨ ਕੇ ਚੱਲੋ ਕਿ 2.5 ਤੋਂ 3 ਫੁੱਟ ਦੇ ਵਿੱਚ ਵਿੱਚ ਇਹਦੀ ਹੈਗੀ ਹੈ ਸੋ ਜਿਹੜਾ ਗਾ ਰਿਹਾ ਉਹਦੇ ਅੰਦਰੂਨੀ ਭਾਵ ਕੀ ਨੇ ਉਹ ਆਪਣੀਆਂ ਉਂਗਲਾਂ ਨਾਲ ਦਰਸਾ ਸਕਦਾ ਜਦੋਂ ਕੋਈ ਸਾਜੀ ਗਾਉਂਦਾ ਹੈ ਅਤੇ ਸਾਜੀ ਸਾਜ਼ ਵਜਾਉਂਦਾ ਹੈ ਸਾਜੀ ਉਹਦੇ ਮਗਰ ਲੱਗੇਗਾ ਕਿ ਮੈਂ ਇਹ ਜੋ ਸੁਰ ਲਾ ਰਿਹਾ ਮੈਂ ਉਹਦੀ ਸੁਰ ਟੱਚ ਕਰਾਂ ਜੇ ਉਹ ਸਾਰੇ ਗਾ ਲਾ ਰਿਹਾ ਤੇ ਸਾਰੇ ਗਾ ਹੀ ਜਾਵਾਂਗਾ ਪਰ ਜਿਹੜਾ ਸਾਜੀ ਆਪ ਸਾਜ ਵਜਾ ਕੇ ਆਪ ਗਾ ਰਿਹਾ ਉਹਨੂੰ ਪਤਾ ਵੀ ਜੇ ਮੈਂ ਗਾ ਦੇ ਵਿੱਚ ਥੋੜ੍ਹਾ ਜਿਹਾ ਕਣ ਵੀ ਲਾ ਦਿਆਂ ਤੇ ਉਹਨੂੰ ਸਵਾਦਲਾ ਬਣਾ ਦਿਆਂ ਮਤਲਬ ਗਾਇਨ ਸ਼ੈਲੀ ਨੂੰ ਸਵਾਦਲਾ ਬਣਾਉਣ ਵਾਸਤੇ ਦੋ ਖਾਸੀਅਤ ਹੋ ਗਈਆਂ ਤੀਸਰੀ ਖਾਸੀਅਤ ਅੱਜ ਦੇ ਭੜਕੀਲੇ ਯੁੱਗ ਦੇ ਵਿੱਚ ਸਾਨੂੰ ਠਹਿਰਾਓ ਦਾ ਅਤੇ ਟਿਕਾ ਦਾ ਚੇਤ ਚੇਤਾ ਭੁੱਲ ਗਿਆ ਸਾਨੂੰ ਨਹੀਂ ਪਤਾ ਵੀ ਟਿਕਾ ਕਿਹਨੂੰ ਕਹਿੰਦੇ ਨੇ ਕਿਉਂਕਿ ਟਿਕਾ ਤਾਂ ਬਿਲਕੁਲ ਜ਼ਿੰਦਗੀ 'ਚੋਂ ਖਤਮ ਹੋ ਗਿਆ ਉਦੋਂ ਦੇ ਲੋਕ ਟਿਕਾ ਵਿੱਚ ਸਨ ਅਤੇ ਉਦੋਂ ਦੀ ਗਾਇਕੀ ਵੀ ਤੁਸੀਂ ਹੈਰਾਨ ਹੋਵੋਗੇ ਕਿ ਗਾਇਕੀ ਵੀ ਧਰੁਪਦ ਗਾਇਕੀ ਸੀ ਧਰੁਪਦ ਗਾਇਕੀ ਦਾ ਭਾਵ ਬਿਲਕੁਲ ਠਹਿਰਾ ਦੇ ਵਿੱਚ ਵੱਜਣ ਵਾਲੇ ਸਲੋਅ ਦੇ ਵਿੱਚ ਵੱਜਣ ਵਾਲੇ ਤਾਲ ਜਿਨ੍ਹਾਂ ਦੇ ਨਾਲ ਹੌਲੀ ਹੌਲੀ ਗਾਇਨ ਹੋਵੇਗਾ ਅਤੇ ਅੱਜ ਦੇ ਤਾਲਾਂ ਦਾ ਅਤੇ ਉਦੋਂ ਦੇ ਤਾਲਾਂ ਦਾ ਬਹੁਤ ਵੱਡਾ ਅੰਤਰ ਪੈ ਗਿਆ ਜੀ ਠੀਕ ਹੈ ਜੀ ਸੋ ਇਸ ਕਰਕੇ ਇਹਦੀ ਖਾਸੀਅਤ ਇਹ ਹੈ ਕਿ ਬੜੇ ਸਹਿਜ ਨਾਲ ਚੱਲਣ ਵਾਲੀ ਹੈ ਅਤੇ ਇਸ ਕਰਕੇ ਸਹਿਜ ਨਾਲ ਸਹਿਜ ਅਵਸਥਾ ਤਾਲ ਇਹ ਤੁਹਾਨੂੰ ਦੇ ਰਹੀ ਹੈ ਤਬਲੇ ਵਾਲੇ ਨੂੰ ਵੀ ਇਹ ਰਿਧਮ ਦੇ ਰਹੀ ਹੈ ਜਿੰਨਾ ਕੁ ਰਬਾਬੀ ਰਬਾਬ ਵਜਾਏਗਾ ਉਨਾ ਕੁ ਤਬਲੇ ਵਾਲਾ ਤਬਲਾ ਵਜਾਏਗਾ ਉਹ ਤੋਂ ਵੱਧ ਉਹ ਉਹਨੂੰ ਅੱਗੇ ਜਾ ਕੇ ਜਿਵੇਂ ਅਸੀਂ ਕਹਿ ਦਿੰਦੇ ਕਾਲਾ ਨਹੀਂ ਪੈ ਸਕਦਾ ਜਾਂ ਉਹਦੀ ਰਿਧਮ ਨਹੀਂ ਵਧਾ ਸਕਦਾ ਕਿਉਂਕਿ ਜੋ ਸਾਜੀ ਆਪਣੀ ਰਿਧਮ ਲੈ ਕੇ ਚੱਲ ਰਿਹਾ ਉਹ ਤਬਲੇ ਵਾਲਾ ਲੈ ਕੇ ਚੱਲੇਗਾ ਇਹ ਤੁਸੀਂ ਇਹਦੀ ਖਾਸੀਅਤ ਇੰਨੀ ਜ਼ਿਆਦਾ ਦੱਸੀ ਅੱਜ ਕੌਮ ਦੇ ਵਿੱਚ ਕਿੰਨੇ ਕੁ ਕੀਰਤਨੀਏ ਨੇ ਜਿਹੜੇ ਰਬਾਬ ਨਾਲ ਕੀਰਤਨ ਕਰਦੇ ਸਨ ਜਾਂ ਕਰਦੇ ਹਨ ਜੀ ਜਿਹੜਾ ਤੁਸੀਂ ਕਰਦੇ ਸਨ ਦਾ ਸਵਾਲ ਕੀਤਾ ਇਹ ਸਾਨੂੰ ਪਿਛੋਕੜ 'ਚ ਲੈ ਜਾਂਦਾ ਇਹਦਾ ਤੁਸੀਂ ਇਤਿਹਾਸ ਪੜ੍ਹੋ ਸਭ ਤੋਂ ਪਹਿਲੇ ਰਬਾਬੀ ਜਿਹੜੇ ਨੇ ਉਹ ਭਾਈ ਮਰਦਾਨਾ ਜੀ ਨੇ ਅਤੇ ਕਈ ਵਾਰ ਮੈਂ ਸੰਗਤ ਨੂੰ ਵੀ ਸਵਾਲ ਕਰਦਾ ਹੁੰਦਾ ਕਿ ਪਹਿਲੇ ਰਬਾਬੀ ਭਾਈ ਮਰਦਾਨਾ ਜੀ ਨੇ ਅਤੇ ਸੰਗਤ ਦੱਸ ਦਿੰਦੀ ਹੈ ਜੀ ਅਤੇ ਮੈਂ ਕਹਿੰਦਾ ਨਾ ਦੂਜੇ ਅਤੇ ਆਵਾਜ਼ ਜਿਹੜੀ ਉਹ ਬਿਲਕੁਲ ਖਾਮੋਸ਼ ਹੋ ਜਾਂਦੀ ਬੰਦ ਹੀ ਹੋ ਜਾਂਦੀ ਅਤੇ ਬੜੀ ਹੈਰਾਨੀ ਹੁੰਦੀ ਹੈ ਕਿ ਪਹਿਲੇ ਦਾ ਪਤਾ ਹੈ ਦੂਜੇ ਦਾ ਕਿਉਂ ਨਹੀਂ ਪਤਾ ਅਤੇ ਜਾਂ ਫਿਰ ਅਸੀਂ ਨਾਕਾਮਯਾਬ ਹੈ ਇਸ ਚੀਜ਼ ਨੂੰ ਵੀ ਅਸੀਂ ਨਾ ਤਾਂ ਰਬਾਬ ਨੂੰ ਪ੍ਰਮੋਟ ਕਰਨ ਦੇ ਵਿੱਚ ਅੱਗੇ ਆਏ ਅਤੇ ਨਾ ਹੀ ਲੋਕਾਂ ਨੂੰ ਇਹ ਕਮ ਸੇ ਕਮ ਉਹਦੇ ਨਾਂ ਬਾਰੇ ਦੱਸ ਦਿਓ ਕਿ ਕੌਣ ਕੌਣ ਵਜਾਉਂਦਾ ਫਿਰ ਉਹਨਾਂ ਦੇ ਬੇਟੇ ਆਏ ਰਜਾਦਾ ਜੀ ਸਜਾਦਾ ਜੀ ਕੁਝ ਇਤਿਹਾਸਕਾਰਾਂ ਨੇ ਤਾਂ ਖੋਜ ਕੀਤੀ ਹੈ ਵੀ ਜਦੋਂ ਸੱਜਣ ਦੇ ਕੋਲ ਗਏ ਨੇ ਗੁਰੂ ਨਾਨਕ ਸਾਹਿਬ ਜੀ ਅਤੇ ਰਜਾਦਾ ਜੀ ਸਨ ਨਾਲ ਭਾਈ ਮਰਦਾਨਾ ਕਿਉਂਕਿ ਉਹ ਤੁਸੀਂ ਜੀਵਨ ਕਾਲ ਕੱਢ ਕੇ ਵੇਖੋ ਉਹਨੇ ਦੇਰ ਤੱਕ ਤਾਂ ਭਾਈ ਮਰਦਾਨਾ ਜੀ ਕਾਲ ਚਲਾਣਾ ਕਰਕੇ ਸਨ ਜਦੋਂ ਸੱਜਣ ਕੋਲ ਗਏ ਨੇ ਸੋ ਇਹ ਉਹਨਾਂ ਦਾ ਖੋਜ ਦਾ ਵਿਸ਼ਾ ਆਪਾਂ ਇਸ ਪਾਸੇ ਨਹੀਂ ਜਾਂਦੇ ਰਜਾਦਾ ਜੀ ਅਤੇ ਸਜਾਦਾ ਜੀ ਉਹ ਤੋਂ ਬਾਅਦ ਸੱਤਾ ਜੀ ਬਲਵੰਡ ਜੀ ਆਏ ਫਿਰ ਇਸੇ ਤਰ੍ਹਾਂ ਗੁਰੂ ਘਰ ਦੇ ਅੰਦਰ ਸੱਤਾ ਤੇ ਬਲਵੰਡ ਜੀ ਰਬਾਬ ਨਾਲ ਹੀ ਕੀਰਤਨ ਕਰਦੇ ਰਹੇ ਆ ਕਨਫਰਮ ਹੈ ਗੱਲਾਂ ਬਿਲਕੁਲ ਜੀ ਰਬਾਬ ਕਿਉਂਕਿ ਉਸ ਟਾਈਮ ਦਾ ਪ੍ਰਚਲਿਤ ਸਾਜ਼ ਤੁਸੀਂ ਭਾਈ ਗੁਰਦਾਸ ਜੀ ਦੀ ਵਾਰ ਲੈ ਲਓ
ਭਾਈ ਗੁਰਦਾਸ ਜੀ ਉਸ ਸਮੇਂ ਦੇ ਜਿਹੜੇ ਨੇ ਉਹ ਸਮਕਾਲੀ ਨੇ, ਇਸ ਕਰਕੇ ਉਹਨਾਂ ਦਾ ਪ੍ਰਮਾਣ ਲੈਣਾ ਬੜਾ ਜ਼ਰੂਰੀ ਹੈ। ਉਹਨਾਂ ਨੇ ਪਹਿਲਾਂ ਬਾਬਾ ਮਰਦਾਨਾ ਜੀ ਦਾ ਪ੍ਰਮਾਣ ਲਿਆ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਅਤੇ ਜਦੋਂ ਗੱਲ ਆਈ ਅੱਗੇ ਜਾ ਕੇ ਵੀ ਇਹ ਮਤਲਬ ਜਦੋਂ ਕੀਰਤਨ ਹੁੰਦਾ ਹੈ ਅਤੇ ਕੀਰਤਨ ਦੀ ਰਵਾਇਤ ਕੀ ਹੈ, ਅਤੇ ਉਹਨਾਂ ਨੇ ਕਹਿ ਦਿੱਤਾ ਵੱਜਣ ਤਾਲ ਮਿਰਦੰਗ ਰਬਾਬਾ, ਕਿਉਂਕਿ ਉਦੋਂ ਅਜੇ ਤਬਲਾ ਵੀ ਹੋਂਦ ਵਿੱਚ ਨਹੀਂ ਸੀ ਆਇਆ, ਕਿਉਂਕਿ ਤਬਲਾ ਪੰਜਵੇਂ ਪਾਤਸ਼ਾਹ ਤੋਂ ਬਾਅਦ ਅਮੀਰ ਖੁਸਰੋ ਦੀ ਇਹ ਕਾਢ ਕੱਢੀ ਜਾਂਦੀ ਸੁਣਿਆ, ਕਿਉਂਕਿ ਤਬਲੇ ਵਾਲੇ ਵੀ ਇਸ ਚੀਜ਼ ਨੂੰ ਅਜੇ ਪੂਰਾ ਡਿਫਾਈਨ ਨਹੀਂ ਕਰ ਸਕੇ ਵੀ ਇਹ ਖੋਜ ਜਿਹੜੀ ਤਬਲੇ ਦੀ ਉਹ ਪ੍ਰੋਪਰ ਕਦੋਂ ਹੋਈ ਹੈ। ਪਰ ਇਹ ਮੰਨਿਆ ਜਾਂਦਾ ਕਿ ਅਮੀਰ ਖੁਸਰੋ ਹੈ, ਅਮੀਰ ਖੁਸਰੋ ਨੇ ਤਬਲੇ ਦੀ ਖੋਜ ਕੀਤੀ ਹੈ। ਅਮੀਰ ਖੁਸਰੋ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਜੀ ਦਾ ਸਮਕਾਲੀ ਹੈ। ਸੋ ਇਸ ਕਰਕੇ ਉਦੋਂ ਅਜੇ ਤਬਲਾ ਹੋਂਦ ਵਿੱਚ ਨਹੀਂ ਸੀ ਆਇਆ ਅਤੇ ਮਿਰਦੰਗ ਹੁੰਦੀ ਸੀ। ਭਾਈ ਰਜਾਦਾ ਸਜਾਦਾ ਜੀ ਤੋਂ ਬਾਅਦ ਸੱਤਾ ਬਲਵੰਡ ਜੀ, ਪਰ ਹੋਰ ਕਿੰਨੇ ਕੁ ਕੀਰਤਨੀ ਸਨ ਜਿਹੜੇ ਰਬਾਬ ਨਾਲ ਕੀਰਤਨ ਕਰਦੇ ਸਨ ਜੀ? ਫਿਰ ਕਦੋਂ ਕੁ ਜੀ ਆ ਕੇ ਇਹਦਾ ਬਿਲਕੁਲ ਦੂਸਰੇ ਪਾਸੇ ਚਲੇ ਗਏ, ਰਬਾਬ ਨੂੰ ਛੱਡ ਦਿੱਤਾ, ਤੰਤੀ ਸਾਜਾਂ ਨੂੰ ਛੱਡ ਦਿੱਤਾ, ਹਾਰਮੋਨੀਅਮ ਵਾਲੇ ਪਾਸੇ ਆ ਗਏ, ਤੇ ਜਾਂ ਹੁਣ ਕਿੰਨੇ ਕੁ ਐਸੇ ਕੀਰਤਨੀਆਂ ਨੇ ਜਿਹੜੇ ਰਬਾਬ ਨਾਲ ਕੀਰਤਨ ਕਰਦੇ ਹਨ ਜੀ? ਹੁਣ ਆਪਾਂ ਥੋੜ੍ਹਾ ਜਿਹਾ ਪਿੱਛੋਂ ਪਿਛੋਕੜ ਲੈ ਲਈਏ ਵੀ ਸਦਾਨੰਦ ਜੀ ਜਿਹੜੇ ਨੇ ਉਹ ਮੈਨੂੰ ਲੱਗਦਾ ਵੀ ਇਹ ਸਾਡੀ ਕੌਮ ਦੇ ਲਾਸਟ ਰਬਾਬੀਏ ਨੇ। ਅਤੇ ਉਹ ਤੋਂ ਬਾਅਦ ਸਾਡਾ ਜੰਗਲਾਂ ਦੇ ਵਿੱਚ ਸਮਾਂ ਬਤੀਤ ਹੋਇਆ, ਸਾਡੇ ਘੱਲੂ ਘਾਰੇ ਹੋਏ। ਉਦੋਂ ਦੇ ਸੰਗੀਤ ਦਾ ਤਾਂ ਮੰਨ ਕੇ ਚੱਲੋ ਵੀ ਨਾ ਮਰਤ ਖਤਮ ਹੀ ਹੋ ਗਿਆ ਸਾਡੇ ਕੋਲੋਂ। ਫਿਰ ਵੀ ਜੇ ਕਿਸੇ ਨੇ ਰਵਾਇਤ ਸਾਂਭੀ ਹੈ ਤਾਂ ਜਿਹੜੇ ਸਰਦਾਰ ਕਪੂਰ ਸਿੰਘ ਨੇ, ਜਿਨ੍ਹਾਂ ਨੂੰ ਅਸੀਂ ਨਵਾਬ ਕਪੂਰ ਸਿੰਘ ਕਹਿੰਦੇ ਹਾਂ, ਉਹਨਾਂ ਦਾ ਜ਼ਿਕਰ ਆਉਂਦਾ ਹੈ ਅਤੇ ਰਬਾਬੀ ਕੀਰਤਨੀਏ ਨੇ। ਅਤੇ ਉਸ ਤੋਂ ਬਾਅਦ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਜ਼ਿਕਰ ਆਉਂਦਾ ਹੈ, ਉਹਨਾਂ ਦੇ ਮਾਤਾ ਜੀ ਵੀ ਕੀਰਤਨ ਕਰਦੇ ਰਹੇ ਨੇ ਕਿ ਉਹਨਾਂ ਦਾ ਅੱਗੇ ਵਿਰਾਸਤ ਦੇ ਵਿੱਚ ਉਹਨਾਂ ਕੋਲ ਕੀਰਤਨ ਆਇਆ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਰਬਾਬੀ ਨੂੰ ਪ੍ਰਮੋਟ ਕੀਤਾ, ਮੈਨੂੰ ਲੱਗਦਾ ਵੀ ਉਹਦੀ ਸੰਗਤ ਨੂੰ ਘੱਟ ਜਾਣਕਾਰੀ ਹੈ। ਉਹ ਰਬਾਬੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਰਬਾਬ ਵਜਾਉਂਦਾ ਸੀ ਅਤੇ ਸ਼ਬਦ ਗਾਇਨ ਕਰਦਾ ਸੀ। ਉਹ ਰਬਾਬੀ ਦਾ ਇਤਿਹਾਸ ਇਹ ਹੈ ਕਿ ਪਹਿਲਾਂ ਸੂਹੀਆ ਸੀ ਮਹਾਰਾਜਾ ਰਣਜੀਤ ਸਿੰਘ ਦਾ। ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੀ ਸੂਹ ਜਿਹੜੀ ਸੀ ਉਹ ਜਾ ਕੇ ਦੂਜਿਆਂ ਨੂੰ ਅਫਗਾਨਾਂ ਨੂੰ ਦਿੰਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਵਾਰ ਮਾਫ਼ ਕਰ ਦਿੱਤਾ, ਦੂਜੀ ਵਾਰੀ ਫੜਿਆ ਗਿਆ ਫਿਰ ਮਾਫ਼ ਕਰ ਦਿੱਤਾ, ਤੀਜੀ ਵਾਰੀ ਫੜਿਆ ਗਿਆ ਫਿਰ ਮਾਫ਼ ਕਰ ਦਿੱਤਾ। ਸਰਦਾਰ ਨਾਰਾਜ਼ ਹੋ ਗਏ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਤੁਸੀਂ ਇਸ ਬੰਦੇ ਨੂੰ ਕਿਉਂ ਮਾਫ਼ ਕਰ ਰਹੇ ਹੋ, ਜਦੋਂ ਇਹ ਸਾਡੇ ਨਾਲ ਗੱਦਾਰੀ ਕਰਦਾ, ਇਹਨੇ ਸਾਡੇ 50-55 ਸਰਦਾਰ ਮਰਵਾ ਦਿੱਤੇ ਨੇ। ਉਹ ਕਹਿੰਦੇ ਨਹੀਂ, ਇਹਦੀ ਸਜ਼ਾ ਮਾਲਕ ਆਪ ਦੇਗਾ। ਅਫਗਾਨਾਂ ਨੇ ਕਿਹਾ ਵੀ ਜਿਹੜਾ ਬੰਦਾ 3 ਵਾਰ ਸੂਹ ਦੇ ਕੇ ਦੇਣ ਦੇ ਬਾਵਜੂਦ ਵੀ ਫੜੇ ਜਾਣ ਦੇ ਬਾਵਜੂਦ ਆ ਰਿਹਾ, ਇਹਦਾ ਮਤਲਬ ਕਿ ਉਹਨਾਂ ਨਾਲ ਰਲਿਆ। ਉਹਨਾਂ ਨੇ ਇਹਦੀਆਂ ਅੱਖਾਂ ਕੱਢ ਦਿੱਤੀਆਂ, ਅੱਖਾਂ ਕੱਢ ਕੇ ਅਤੇ ਇਹਨੂੰ ਇੱਕ ਚੁਰਾਹੇ ਦੇ ਵਿੱਚ ਸੁੱਟ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਇਹਦੇ ਕੁਰਾਉਣ ਦੀ ਆਵਾਜ਼ ਸੁਣੀ ਉਸ ਦੀ, ਅਤੇ ਉਹਨੂੰ ਪੁੱਛਿਆ ਵੀ ਕੌਣ ਹੈ, ਅਤੇ ਉਹ ਕਹਿੰਦਾ ਕਿ ਮੈਂ ਉਹੀ ਹਾਂ ਜਿਹੜਾ ਤੁਹਾਡਾ ਸੂਹ ਦਿੰਦਾ ਰਿਹਾ, ਪਰ ਅੱਜ ਮੇਰੇ ਭਰਾਵਾਂ ਨੇ ਹੀ ਮੇਰੇ ਨਾਲ ਗੱਦਾਰੀ ਕੀਤੀ ਹੈ, ਮੇਰੀਆਂ ਅੱਖਾਂ ਕੱਢ ਦਿੱਤੀ। ਉਹ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਤਰਸ ਕੀਤਾ, ਮਹਾਰਾਜਾ ਰਣਜੀਤ ਸਿੰਘ ਨੇ ਤਰਸ ਕਰਕੇ ਫਿਰ ਉਹਨੂੰ ਲਿਆਂਦਾ ਵੀ ਤੂੰ ਕੀ ਕੰਮ ਕਰ ਸਕਦਾ ਹੈ, ਵੀ ਤੇਰੇ ਕੋਲ ਹੱਥ ਹੈਗੇ ਨੇ, ਅੱਖਾਂ ਨਹੀਂ ਹੈਗੀਆਂ। ਉਹ ਕਹਿੰਦਾ ਮੈਂ ਰਬਾਬ ਬੜੀ ਸੋਹਣੀ ਵਜਾਉਣਾ। ਮਹਾਰਾਜਾ ਰਣਜੀਤ ਸਿੰਘ ਖੁਸ਼ ਹੋ ਗਿਆ ਕਿ ਸਾਡੀ ਪੁਰਾਣੀ ਵਿਰਾਸਤ ਹੈ ਬਾਬੇ ਨਾਨਕ ਦੀ। ਉਹ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਪੈਸੇ ਦੇਣੇ ਮੰਨ ਲਿਆ ਕਿ ਤੂੰ ਜਿੰਨੀ ਰਬਾਬ ਜਾਏਗਾ ਮੈਂ ਉਹਨੇ ਪੈਸੇ ਦਿਆ ਕਰਾਂਗਾ। ਫਿਰ ਉਹਨੇ ਕੀਰਤਨ ਕਰਨਾ ਰਬਾਬ ਦੇ ਨਾਲ। ਉਹ ਉਸ ਤੋਂ ਬਾਅਦ ਅੱਗੇ ਆ ਜਾਓ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਭਾਈ ਮਰਦਾਨਾ ਜੀ ਦੀ ਕੁੱਲ ਦੇ ਵਿੱਚੋਂ ਭਾਈ ਗੁਲਾਮ ਮੁਹੰਮਦ ਚਾਂਦ ਜੀ ਦੇ ਚਾਚਾ ਜੀ, ਲਾਲ ਜੀ ਦੇ ਚਾਂਦ ਜੀ, ਇਹ 1947 ਦੀ ਵੰਡ ਤੋਂ ਪਹਿਲਾਂ ਦਰਬਾਰ ਸਾਹਿਬ ਕੀਰਤਨ ਕਰਦੇ ਰਹੇ ਨੇ ਜੀ। ਹੁਣ ਤਾਂ ਸਾਡੇ 'ਚ ਬੜੀ ਸੌੜਤਾ ਆ ਗਈ ਹੈ, ਬੜੀ ਅਸੀਂ ਸੰਕੀਰਨ ਸੋਚ ਦੇ ਮਾਲਕ ਹੋ ਗਏ ਵੀ ਅੰਦਰ ਮੁਸਲਮਾਨ ਤੇ ਕੀਰਤਨ, ਮੁਸਲਮਾਨ ਤੇ ਛੱਡੋ ਸਾਡੀਆਂ ਬੀਬੀਆਂ ਕੀਰਤਨ ਨਹੀਂ ਕਰ ਸਕਦੀਆਂ ਅੰਦਰ, ਤੇ ਇਸ ਕਰਕੇ ਇਹ ਤਾਂ ਬੰਦ ਹੋ ਗਿਆ। ਉਹ ਤੋਂ ਬਾਅਦ ਗੁਲਾਮ ਮੁਹੰਮਦ ਚਾਂਦ ਜੀ ਜਿਹੜੇ ਨੇ ਉਹਨਾਂ ਦੇ ਚਾਚਾ ਜੀ ਕੀਰਤਨ ਕਰਦੇ ਰਹੇ ਨੇ। ਗੁਲਾਮ ਮੁਹੰਮਦ ਚਾਂਦ ਜੀ ਪਿਛਲੇ ਸਮੇਂ ਦੇ ਵਿੱਚ ਉਹ ਚੜ੍ਹਾਈ ਕਰ ਗਏ ਨੇ ਅਤੇ ਬਾਬਾ ਮਰਦਾਨਾ ਜੀ ਦੀ ਕੁੱਲ ਵਿੱਚੋਂ ਉਹ ਨੇ ਤੁਰੇ ਆਉਂਦੇ ਨੇ ਅੱਗੇ, ਉਹਨਾਂ ਦੇ ਸਕੇ ਸੰਬੰਧੀ ਉਹਨਾਂ ਦਾ ਖੂਨ ਹੈ, ਕੋਈ ਚਾਚੇ ਦਾ ਬੇਟਾ, ਕੋਈ ਤਾਏ ਦਾ ਬੇਟਾ। ਇਸ ਤਰ੍ਹਾਂ ਉਹ ਰਬਾਬੀ ਕੀਰਤਨ ਕਰਦੇ ਰਹੇ। ਉਸ ਤੋਂ ਬਾਅਦ ਅਮਰੀਕ ਸਿੰਘ ਜੀ, ਧਰਮ ਸਿੰਘ ਜੀ ਜ਼ਖਮੀ ਜੀ, ਉਹ ਰਬਾਬੀ ਸਟਾਈਲ ਦੇ ਵਿੱਚ ਆ ਗਏ ਕਿਉਂਕਿ ਸਾਜ਼ ਬਦਲ ਗਏ। ਕਈ ਵਾਰੀ ਇਹ ਹੁੰਦਾ ਹੈ ਕਿ ਤੁਹਾਡੇ ਕੋਲ ਜਦੋਂ ਨਵੀਨਤਾ ਆ ਜਾਂਦੀ ਹੈ, ਹਾਰਮੋਨੀਅਮ ਆ ਗਿਆ, ਹਾਰਮੋਨੀਅਮ ਆਉਣ ਦੇ ਨਾਲ ਬਹੁਤ ਸੌਖਾ ਹੋ ਗਿਆ ਕਿ ਸਾਜ਼ ਸਿੱਖਣ ਦੀ ਲੋੜ ਹੀ ਖਤਮ ਹੋ ਗਈ, ਕਿਉਂਕਿ ਹਾਰਮੋਨੀਅਮ ਦੇ ਉੱਤੇ ਜਿਹੜੇ ਰੀਡਸ ਨੇ, ਹਾਰਮੋਨੀਅਮ ਦੇ ਉੱਤੇ ਜਿਹੜੀਆਂ ਸੁਰਾਂ ਨੇ, ਇਹ ਪਛਾਣ 'ਚ ਨੇ। ਇੱਕ ਖਾਸੀਅਤ ਹੋਰ ਰਬਾਬ ਦੀ ਤੁਹਾਨੂੰ ਦੱਸਦੇ ਹਾਂ, ਇਹਦੇ 'ਤੇ ਸਾਰੇ ਗਾ ਮਾ ਪਾ ਦਾ ਨੀ ਸਾ ਜਿਹੜੇ ਲਿਖੇ, ਇਹ ਸੁਰਾਂ ਫਿਕਸ ਨੇ, ਤੁਹਾਡੀ ਉਂਗਲ ਉੱਥੇ ਜਾਏਗੀ। ਪਰ ਰਬਾਬ ਦੀ ਇੱਕ ਇਹ ਹੋਰ ਹੈ ਕਿ ਜਿਹੜਾ ਗਾ ਰਿਹਾ ਜਾਂ ਜਿਹੜਾ ਵਜਾ ਰਿਹਾ ਉਹਨੂੰ ਸੁਰ ਦੀ ਸਮਝ ਹੋਏਗੀ ਤੇ ਵਜਾਏਗਾ, ਨਹੀਂ ਤੇ ਉਹ ਨਹੀਂ ਵਜਾ ਸਕਦਾ। ਕਿਉਂ? ਕਿਉਂਕਿ ਰਬਾਬ ਦੀ ਵਜਾਉਂਦਿਆਂ ਕਈ ਵਾਰ ਤਾਰ ਢਿੱਲੀ ਹੋ ਜਾਂਦੀ ਹੈ, ਲਹਿ ਵੀ ਜਾਂਦੀ ਹੈ ਥੋੜ੍ਹੀ ਸੁਰ, ਉਹ ਫਿਰ ਤੁਹਾਡੇ ਹੱਥ ਨੂੰ ਮਹਿਸੂਸ ਹੁੰਦਾ ਵੀ ਜਿਹੜਾ ਗਾ ਲਾ ਰਿਹਾ ਮੈਂ ਪ੍ਰੋਪਰ ਨਹੀਂ ਲੱਗ ਰਿਹਾ, ਉਹਦੇ ਕੰਨ ਇੰਨੇ ਜ਼ਿਆਦਾ
ਪਾਵਰਫੁਲ ਹੋ ਜਾਂਦੇ, ਸੁਰ ਦੇ ਵਿੱਚ ਹੋ ਜਾਂਦੇ, ਸੁਰ ਦੇ ਵਿੱਚ ਹੋ ਜਾਂਦੇ, ਤੇ ਜਿਹੜਾ ਬੰਦੇ ਦੇ ਕੰਨ ਨੇ ਸੁਰ ਚ ਨੇ ਉਹ ਕਦੇ ਬੇਸੁਰਾ ਨਹੀਂ ਗਾਏਗਾ, ਇਸੇ ਕਰਕੇ ਸੰਗਤ ਨੂੰ ਆਨੰਦ। ਫਿਰ ਕਦੋਂ ਕੁ ਜੇ ਆ ਕੇ ਬਿਲਕੁਲ ਰਬਾਬ ਨਾਲ ਕੀਰਤਨ ਕਰਨਾ ਸਮਾਪਤ ਕਰ ਦਿੱਤਾ ਜੀ ਚਾਂਜੀ ਤੋਂ ਬਾਦ? ਬਿਲਕੁਲ ਜੀ, ਇਹ ਫਿਰ ਭਾਈ ਮਰਦਾਨਾ ਜੀ ਦੇ ਪਰਿਵਾਰ ਦੇ ਵਿੱਚ ਹੀ ਰਹੀ ਹੈ ਜੀ, ਜੇ ਦੇਖਿਆ ਜਾਵੇ ਤੇ ਹੋਰ ਸਿੱਖ ਜਗਤ ਦੇ ਕਿੰਨੇ ਕੁ ਕੀਰਤਨੀਆਂ ਨੇ ਜਿਨ੍ਹਾਂ ਨੇ ਇਸ ਚੀਜ਼ ਨੂੰ ਅਪਣਾਇਆ ਜੀ, ਅਪਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹਨੂੰ ਇਹ ਮੰਨ ਕੇ ਚੱਲੋ ਕਿ ਬੜਾ ਔਖਾ ਢੰਗ ਸੀ ਤੇ ਇਹਨੂੰ ਬਿਲਕੁਲ ਹੀ ਖਤਮ ਕਰ ਦਿੱਤਾ ਗਿਆ ਜੀ। ਜ਼ਰੂਰ ਤੁਹਾਡੇ ਕੋਲ ਅਸੀਂ ਇਹ ਚੀਜ਼ਾਂ ਜਾਣਾਂਗੇ ਵੀ ਔਖਾ ਢੰਗ ਸੀ ਤੇ ਕਿਉਂ ਸੀ, ਪਰ ਹੁਣ ਸਮਾਂ ਹੋ ਗਿਆ ਦਰਸ਼ਕੋ, ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮੱਖੂ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਪ੍ਰੋਗਰਾਮ ਕੁਝ ਕੌੜੇ ਸੱਚ ਵਿੱਚ। ਵੀਰ ਜੀ, ਆਪਾਂ ਗੱਲ ਕਰਦੇ ਸਾਂ ਕਿ ਭਾਈ ਮਰਦਾਨਾ ਜੀ ਦੇ ਪਰਿਵਾਰਾਂ ਦੇ ਵਿੱਚ ਇਹ ਚੀਜ਼ ਰਹੀ ਹੈ ਜੀ ਕਿ ਸਿੱਖਾਂ ਨੇ ਇਸ ਚੀਜ਼ ਨੂੰ ਉਦੋਂ ਵੀ ਅਪਣਾਇਆ ਨਹੀਂ ਸੀ। ਮੈਨੂੰ ਲੱਗਦਾ ਹੈ ਵੀ ਜਿਸ ਹਿਸਾਬ ਨਾਲ ਸਾਡੇ ਕੋਲ ਆਊਟਪੁੱਟ ਆਈ ਹੈ, ਜਿਸ ਤਰੀਕੇ ਨਾਲ ਸਾਡੇ ਕੋਲ ਕੀਰਤਨੀ ਅੱਗੇ ਆਏ ਨੇ, ਆਪਾਂ ਉਸੇ ਗੱਲ 'ਤੇ ਆ ਜਾਈਏ ਜੀ। ਜਦੋਂ ਤੁਸੀਂ ਇਹ ਗੱਲ ਕੀਤੀ ਕਿ ਭਾਈ ਮਰਦਾਨਾ ਜੀ ਤੋਂ ਬਾਅਦ ਰਜਾਦਾ ਅਤੇ ਸਜਾਦਾ ਜੀ ਕੀਰਤਨ ਕਰਦੇ ਰਹੇ ਜੀ, ਭਾਈ ਮਰਦਾਨਾ ਜੀ ਦੇ ਬੱਚਿਆਂ ਦਾ ਜ਼ਿਕਰ ਆਉਂਦਾ, ਸੱਤੇ ਤੇ ਬਲਵੰਡ ਜੀ ਦਾ ਜ਼ਿਕਰ ਆਉਂਦਾ, ਉਦੋਂ ਤੱਕ ਰਬਾਬ ਸੀ, ਆਪਾਂ ਭਾਈ ਗੁਰਦਾਸ ਜੀ ਦੀ ਲਿਖਤ ਵੀ ਪੜ੍ਹਦੇ ਹਾਂ ਤੇ ਇਤਿਹਾਸਿਕ ਖੋਜਾਂ ਵੀ ਦੱਸਦੀਆਂ ਨੇ ਵੀ ਰਬਾਬ ਨਾਲ ਕੀਰਤਨ ਕਰਦੇ ਰਹੇ ਨੇ ਉਹ, ਠੀਕ ਹੈ ਜੀ। ਹੁਣ ਜਦੋਂ ਉਹ ਨਾਰਾਜ਼ ਹੋ ਕੇ ਚਲੇ ਜਾਂਦੇ ਨੇ ਜੀ ਤੇ ਗੁਰੂ ਪਾਤਸ਼ਾਹ ਜੀ ਨੂੰ ਸੰਗਤ ਗੁਰੂ ਪਾਤਸ਼ਾਹ ਜੀ ਨੂੰ ਪੁੱਛਦੀ ਹੈ ਵੀ ਸੱਚੇ ਪਾਤਸ਼ਾਹ ਹੁਣ, ਤੇ ਪਾਤਸ਼ਾਹ ਜੀ ਕਹਿੰਦੇ ਇਹਦੇ ਵਿੱਚ ਕੀ ਹੈ, ਤੁਸੀਂ ਆਪ ਕੀਰਤਨ ਕਰੋਗੇ ਔਰ ਸੰਗਤ ਕੀਰਤਨ ਕਰਦੀ, ਇਹਦਾ ਅਰਥ ਵੀ ਰਬਾਬ ਨਾਲ ਹੀ ਕੀਰਤਨ ਕਰਦੀ ਰਹੀ ਹੋਵੇਗੀ ਕਿਉਂਕਿ ਹਾਰਮੋਨੀਅਮ ਤੇ ਉਦੋਂ ਹੋਂਦ ਵਿੱਚ ਆਇਆ ਨਹੀਂ। ਹੁਣ ਜੇ ਸੰਗਤ ਰਬਾਬ ਨਾਲ ਕੀਰਤਨ ਕਰਦੀ ਸੀ ਕਿ ਅੱਗੇ ਕੋਈ ਰਬਾਬੀ ਸਿੱਖਾਂ ਦੇ ਵਿੱਚ ਆਇਆ ਹੀ ਨਹੀਂ ਜੀ? ਬੜਾ ਸੋਹਣਾ ਸਵਾਲ ਕੀਤਾ ਤੁਸੀਂ, ਇਹਦਾ ਥੋੜ੍ਹਾ ਜਿਹਾ ਮੈਂ ਹੋਰ ਕਲੀਅਰ ਕਰਦਿਆਂ ਵੀ ਸੰਗਤ ਇੰਨੀ ਸਿਆਣੀ ਤੇ ਇੰਨੀ ਸਿੱਖੀ ਕਿਵੇਂ ਸੀ? ਇਹ ਕਈ ਲੋਕ ਸਾਡੇ ਤੇ ਤਰਕਵਾਦੀ ਬੰਦੇ ਸਵਾਲ ਕਰ ਸਕਦੇ ਨੇ ਵੀ ਮੌਕੇ ਤੇ ਕਿਵੇਂ ਉੱਠ ਕੇ ਆ ਗਏ। ਇਹਦਾ ਬੜਾ ਵਧੀਆ ਜਵਾਬ ਹੈ, ਇੱਕ ਗਜ਼ਲ ਗਾਇਕ ਹੈ, ਉਹਦਾ ਨਾਮ ਹੈ ਗੁਲਾਮ ਅਲੀ। ਉਹ ਇੱਕ ਸ਼ੋਅ ਕਰ ਰਿਹਾ ਸੀ ਦਿੱਲੀ ਦੇ ਵਿੱਚ, ਦਿੱਲੀ ਵਿੱਚ ਸ਼ੋਅ ਕਰਦਿਆਂ ਕਿਉਂਕਿ ਸੰਗੀਤਕਾਰ ਗਲੇ ਦੇ ਸਿਰ 'ਤੇ ਸੰਗੀਤਕਾਰ ਹੈ, ਜੇ ਗਲੇ ਵਿੱਚ ਕੋਈ ਮਾੜਾ ਮੋਟਾ ਉੱਚਾ ਨੀਵਾਂ ਜਾਂ ਕੋਈ ਕਾਣਾ ਆ ਜਾਂਦਾ ਤਾਂ ਹੋ ਸਕਦਾ ਸੁਰ ਲੈ ਵੀ ਸਕਦੀ ਹੈ, ਕਿਉਂਕਿ ਹਰ ਇੱਕ ਬੰਦੇ ਨੇ ਪ੍ਰਵਾਨ ਕੀਤਾ ਕਿ ਬੰਦਾ ਸਦਾ ਸੁਰ 'ਚ ਨਹੀਂ ਗਾ ਸਕਦਾ, ਇੱਕ ਅਕਾਲ ਪੁਰਖ ਹੈ ਜਿਹੜਾ ਸਦਾ ਸੁਰ 'ਚ ਰਹਿੰਦਾ। ਸੋ ਉਹ ਜਦੋਂ ਗਾ ਰਿਹਾ ਸੀ ਤੇ ਉਹਦੇ ਹੀ ਦਰਸ਼ਕ ਨੇ ਇੱਕ ਨੇ ਉੱਠ ਕੇ ਕਿਹਾ ਵੀ ਤੁਹਾਡੇ ਕੋਲ ਉਹ ਸੁਰ ਨਹੀਂ ਲੱਗੀ, ਤੇ ਗੁਲਾਮ ਅਲੀ ਨੇ ਮਾਫ਼ੀ ਮੰਗੀ ਸੀ ਇਸ ਗੱਲ ਦੀ ਵੀ ਮੈਂ ਬਾਕੀ ਇਹ ਮੈਂ ਮਹਿਸੂਸ ਮੈਂ ਵੀ ਕੀਤਾ ਪਰ ਮੈਂ ਕਿਹਾ ਸੀ ਦੱਬੀ ਗਈ ਹੈ। ਇਵੇਂ ਹੀ ਸੰਗਤ ਇੰਨੇ ਗੌਰ ਨਾਲ ਇੰਨੀ ਸੁਹਿਰਦਤਾ ਨਾਲ ਸੁਣਦੀ ਰਹੀ ਹੈ। ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਪੜ੍ਹੋ ਤਵਾਰੀਖ ਅੰਮ੍ਰਿਤਸਰ, ਉਹਦੇ ਵਿੱਚ ਉਹਨੇ ਦੱਸਿਆ ਕਿ ਜਿੰਨਾ ਚਿਰ ਆਸਾਕੀ ਵਾਰ ਦਾ ਕੀਰਤਨ ਹੁੰਦਾ ਹੈ ਉਹਨਾਂ ਚਿਰ ਸੰਗਤ ਮੱਥਾ ਵੀ ਨਹੀਂ ਸੀ ਟੇਕ ਸਕਦੀ, ਪਰ ਕਰਮਾਂ 'ਚ ਬੈਠੀ ਹੈ, ਪਰ ਕਰਮਾਂ 'ਚ ਬਹਿ ਜਾਏਗੀ। ਜਿਹੜਾ ਪੁਲ ਬਣਿਆ ਹੋਇਆ ਦਰਬਾਰ ਸਾਹਿਬ ਦਾ, ਸਾਰੀ ਸੰਗਤ ਬੈਠ ਕੇ ਪਹਿਲਾਂ ਆਸਾਕੀ ਵਾਰ ਸੁਣਦੀ ਸੀ, ਉਸ ਤੋਂ ਬਾਅਦ ਜਦੋਂ ਭੋਗ ਪੈਂਦਾ ਅਰਦਾਸ ਹੋਣ ਤੋਂ ਬਾਅਦ ਸੰਗਤ ਮੱਥਾ ਟੇਕ ਕੇ, ਤੇ ਫਿਰ ਹੁਣ ਅੱਜ ਕੀ ਹੁੰਦਾ ਕੀਰਤਨ ਹੋਈ ਜਾਂਦਾ, ਰੌਲਾ ਪਈ ਜਾਂਦਾ, ਕੋਈ ਫੋਨ ਸੁਣ ਰਿਹਾ, ਕੋਈ ਕੁਝ ਕਰ ਰਿਹਾ, ਕਿਸੇ ਨੂੰ ਕੋਈ ਪਤਾ ਨਹੀਂ ਕਿ ਕਿਹੜਾ ਸ਼ਬਦ ਪੜਿਆ ਜਾ ਰਿਹਾ। ਤੁਹਾਡੀ ਸਾਰੀਆਂ ਗੱਲਾਂ ਨਾਲ ਸਹਿਮਤ ਜੀ, ਗੱਲ ਆਪਾਂ ਫਿਰ ਉੱਥੇ ਲੈ ਕੇ ਆਈਏ ਕਿ ਇਸ ਚੀਜ਼ ਨੂੰ ਅਪਣਾਇਆ ਹੀ ਨਹੀਂ ਸਿੱਖਾਂ ਨੇ, ਉਦੋਂ ਵੀ ਰਬਾਬ ਦੇ ਨਾਲ ਕਿਤੇ ਨਾ ਕਿਤੇ ਐਸਾ ਰਿਹਾ ਹੈ ਸਾਡਾ ਜੀ? ਨਹੀਂ, ਅਪਣਾਇਆ ਹੈ, ਇਹ ਨਹੀਂ ਅਸੀਂ ਕਹਿ ਸਕਦੇ। ਫਿਰ ਜ਼ਿਕਰ ਕਿਉਂ ਨਹੀਂ ਇਤਿਹਾਸ ਦੇ ਵਿੱਚ ਉਹਨਾਂ ਕੀਰਤਨੀਆਂ ਦਾ ਆਉਂਦਾ? ਜ਼ਿਕਰ ਅਸੀਂ, ਕਿਉਂਕਿ ਤੁਸੀਂ ਹੁਣ ਤੱਕ ਜਿਹੜਾ ਜ਼ਿਕਰ ਕੀਤਾ ਉਹ ਭਾਈ ਮਰਦਾਨਾ ਜੀ ਦੇ ਪਰਿਵਾਰਾਂ ਦਾ ਕੀਤਾ, ਭਾਈ ਚਾਂਦ ਜੀ ਤੱਕ ਕੀਤਾ ਤੁਸੀਂ, ਹੈਨਾ ਜੀ? ਹੋਰ ਕੋਈ ਐਸੇ ਕੀਰਤਨੀ ਜਿਹੜੇ ਰਬਾਬ ਨਾਲ? ਜੀ ਹੈ, ਹੋਰ ਕਈ ਕੀਰਤਨੀਆਂ ਜਿਵੇਂ ਡਾਕਟਰ ਗੁਰਨਾਮ ਸਿੰਘ ਨੇ ਉਹਨਾਂ ਨੇ ਪ੍ਰਮੋਟ ਕੀਤਾ, ਧਰਮ ਸਿੰਘ ਜੀ ਜ਼ਖਮੀ ਨੇ ਉਹਨਾਂ ਨੇ ਕਿੰਨਾ ਕੁ ਪ੍ਰਮੋਟ ਕੀਤਾ ਆ? ਚਲੋ ਅਸੀਂ ਕਿਸੇ ਦੇ ਵਿਰੋਧ ਨਹੀਂ ਬੋਲਦੇ, ਪਰ ਕਿੰਨਾ ਕੁ ਹਾਰਮੋਨੀਅਮ ਦੇ ਉੱਪਰ ਕੀਰਤਨ ਕਰਦੇ ਆਮ ਦੇਖਿਆ ਜਾਂਦਾ, ਜਿਹੜਾ ਨਿਰੋਲ ਰਬਾਬ ਨਾਲ ਕੀਰਤਨ ਕਰਕੇ ਸਮਰਪਿਤ ਹੋਵੇ, ਜਿਹੜਾ ਕਹੀ ਵੀ ਨਹੀਂ, ਉਹ ਐਸੇ ਕੀਰਤਨੀਆਂ ਦਾ ਜ਼ਿਕਰ ਆਪਾਂ ਹੁਣ ਤੱਕ ਨਹੀਂ ਕਰ ਪਾਏ, ਜਾਂ ਆਪਾਂ ਚਲੋ ਉਹ ਛੱਡ ਦਈਏ ਪਿਛਲਾ, ਠੀਕ ਹੈ ਜੀ। ਹੁਣ ਰਬਾਬ ਨਾਲ ਕੀਰਤਨ ਕਰਨ ਵਾਲੇ ਕਿੰਨੇ ਕੁ ਕੀਰਤਨੀਆਂ ਨੇ ਜਿਹੜੇ ਸਿਰਫ ਰਬਾਬ ਨਾਲ ਹੀ ਕੀਰਤਨ ਕਰਦੇ ਨੇ? ਵੇਖੋ ਜੀ, ਹੁਣ ਤਾਂ ਕੌਮ ਦੇ ਵਿੱਚ ਇੱਕ ਵੀ ਨਹੀਂ ਹੈ, ਤੇ ਕਿੱਡੀ ਸ਼ਰਮ ਦੀ ਗੱਲ ਹੈ। ਦੇਸ਼ ਵਿਦੇਸ਼ ਦੇ ਦਰਸ਼ਕੋ, ਭਾਈ ਰਣਜੋਤ ਸਿੰਘ ਜੀ ਜੋ ਰਬਾਬ ਸਿੱਖਦੇ ਵੀ ਨੇ ਤੇ ਰਬਾਬ ਨਾਲ ਕੀਰਤਨ ਵੀ ਕਰਦੇ ਨੇ, ਕਿੱਡੀ ਹੈਰਾਨਗੀ ਦੀ ਗੱਲ ਹੈ। ਰਬਾਬ ਤੋਂ ਸਾਡਾ ਗੁਰਮਤਿ ਸੰਗੀਤ ਸ਼ੁਰੂ ਹੁੰਦਾ, ਔਰ ਗਜ਼ਬ ਦੀ ਗੱਲ ਕੀ ਹੈ ਕਿ ਅੱਜ ਕੌਮ ਦੇ ਵਿੱਚ ਇੱਕ ਵੀ ਕੀਰਤਨੀਆਂ ਨਹੀਂ ਜਿਹੜਾ ਰਬਾਬ ਦੇ ਨਾਲ ਕੀਰਤਨ ਕਰਦਾ ਹੋਵੇ। ਕੀ ਕਹੀਏ,
ਬਈ ਕਿਤੇ ਕੋਈ ਪ੍ਰੋਗਰਾਮ ਹੈ ਅਤੇ ਇੱਕ ਨੂੰ ਰਬਾਬ ਪਕੜਾ ਦਿੱਤੀ, ਉਹ ਇੱਕ ਡਿਫਰੈਂਟ ਮੈਟਰ ਆ ਗਿਆ ਵੀ ਤੁਸੀਂ ਰਬਾਬ ਪਕੜਾ ਕੇ ਸਟੇਜ 'ਤੇ ਚੜ੍ਹ ਕੇ ਫੋਟੋ ਕਰਵਾ ਲਈ ਜਾਂ ਵੇਖਣ ਵਾਲੇ ਨੂੰ ਲੱਗਾ ਵੀ ਹਾਂ ਰਬਾਬ ਵੱਜਦੀ ਪਈ ਹੈ। ਨਹੀਂ, ਜਿਹੜਾ ਬਿਲਕੁਲ ਕਹੇ ਵੀ ਹੋਰ ਕੋਈ ਸਾਜ਼ ਨਹੀਂ ਚੱਲੇਗਾ, ਰਬਾਬ ਦੇ ਨਾਲ ਜੇ ਤਾਲ ਦੀ ਜ਼ਰੂਰਤ ਨਹੀਂ ਪੈਂਦੀ, ਕੋਈ ਵੱਖਰੇ ਸਾਜ਼ੀਆਂ ਦੀ ਜ਼ਰੂਰਤ ਨਹੀਂ ਪੈਂਦੀ, ਤਾਂ ਮੈਂ ਰਬਾਬ ਦੇ ਨਾਲ ਕੀਰਤਨ ਕਰਾਂਗਾ। ਗਜ਼ਬ ਦੀ ਗੱਲ, ਅੱਜ ਐਸਾ ਇੱਕ ਵੀ ਕੀਰਤਨੀਆਂ ਨੇ ਭਾਈ ਸਾਹਿਬ। ਫਿਰ ਆਪਾਂ ਇਸੇ ਗੱਲ ਨੂੰ ਹੁਣ ਲੈ ਲਈਏ ਜੀ। ਸਨ ਦੇ ਵਿੱਚ ਤੁਸੀਂ ਨਾਮ ਲੈ ਦਿੱਤੇ ਜੀ ਬਈ ਇਹ ਕੀਰਤਨੀ ਹੈ ਸਨ, ਹਨ ਦੇ ਵਿੱਚ ਤੁਸੀਂ ਕਿਹਾ ਵੀ ਕੋਈ ਵੀ ਨਹੀਂ, ਠੀਕ ਹੈ ਜੀ, ਤੁਸੀਂ ਕਹਿ ਦਿੱਤਾ ਵੀ ਕੋਈ ਵੀ ਨਹੀਂ। ਹੁਣ ਜੇ ਅੱਜ ਕੀਰਤਨੀਆਂ ਦੇ ਵਿੱਚ ਰਬਾਬ ਪ੍ਰਤੀ ਰੁਚੀ ਨਹੀਂ ਹੈ ਤੇ ਕਿਉਂ ਨਹੀਂ ਹੈ? ਉਹਦਾ ਕਾਰਨ ਸਭ ਤੋਂ ਪਹਿਲਾਂ ਇਹ ਹੈ ਕਿ ਇਹਦੇ ਤੇ ਮਿਹਨਤ ਬੜੀ ਕਰਨੀ ਪੈਣੀ ਹੈ ਜੀ, ਇਹਦੇ ਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ। ਫਿਰ ਇਹਨੂੰ ਤੁਹਾਨੂੰ ਪੁਰਾਤਨ ਸਟਾਈਲ 'ਚ ਗਾਉਣਾ ਪੈਣਾ ਜੀ, ਅੱਜ ਕੱਲ੍ਹ ਦੇ ਗਾਣਿਆਂ ਦੇ ਤੇ ਕੰਮ ਚੱਲਣਾ ਨਹੀਂ, ਕਿਉਂਕਿ ਤੁਹਾਡੇ ਗਾਣੇ ਨੇ ਜਿਹੜੇ ਇਹ ਗਾਣੇ ਜਿਹੜੇ ਭਾਰਤੀ ਸੰਗੀਤ ਦੇ ਵਿੱਚੋਂ ਲੈ ਗਏ ਨੇ ਜੀ, ਉਹਨਾਂ ਲੋਕਾਂ ਨੇ ਗਾਣੇ ਗਾਏ ਨੇ ਆਪਣੇ ਸਾਜ਼ਾਂ ਦੇ ਮੁਤਾਬਕ, ਕਿਉਂਕਿ ਦੋ ਪੱਧਤੀਆਂ ਨੇ, ਇੱਕ ਕਰਨਾਟਕੀ ਸੰਗੀਤ ਪੱਧਤੀ ਹੈ ਜਿਹੜੀ ਥੱਲੇ ਵਾਲੇ ਸਟਾਈਲ 'ਚ ਚੱਲਦੀ ਹੈ, ਮੱਧ ਪ੍ਰਦੇਸ਼ ਮਹਾਰਾਸ਼ਟਰ ਤੋਂ ਥੱਲੇ ਉਹਨੂੰ ਕਹਿੰਦੇ ਨੇ ਕਰਨਾਟਕੀ ਸੰਗੀਤ ਪੱਧਤੀ, ਇੱਕ ਹਿੰਦੁਸਤਾਨ ਦੀ ਉੱਪਰਲੀ ਉੱਤਰੀ ਸੰਗੀਤ ਪੱਧਤੀ ਹੈ, ਦੋ ਪੱਧਤੀਆਂ ਨੇ ਇਹਦੇ 'ਚ। ਇਸ ਪੱਧਤੀ ਦੇ ਵਿੱਚ ਅਸੀਂ ਆਉਂਦੇ ਹਾਂ ਉੱਤਰ ਵਾਲੀ ਦੇ ਵਿੱਚ, ਜਿਵੇਂ ਪੰਜਾਬ ਹੋ ਗਿਆ, ਰਾਜਸਥਾਨ ਹੋ ਗਿਆ, ਹਿਮਾਚਲ ਹੋ ਗਿਆ, ਇਹਨਾਂ ਦਾ ਆਪਣਾ ਆਪਣਾ ਸਟਾਈਲ ਹੈ। ਮੈਨੂੰ ਇਹ ਬੜੀ ਹੈਰਾਨੀ ਹੁੰਦੀ ਵੀ ਕਿਸੇ ਨੇ ਆਪਣਾ ਸਟਾਈਲ ਨਹੀਂ ਛੱਡਿਆ, ਪਰ ਪੰਜਾਬ ਨੇ ਬਰਬਾਦ ਕਰ ਦਿੱਤਾ, ਛੱਡੇ ਦੀ ਤਾਂ ਬੜੀ ਦੂਰ ਦੀ ਗੱਲ, ਇਹਨਾਂ ਨੇ ਬਰਬਾਦ ਹੀ ਕਰ ਦਿੱਤਾ, ਬਿਲਕੁਲ ਉਜਾੜ ਦਿੱਤਾ। ਮੈਂ ਕਹਿੰਦਾ ਵੀ ਠੀਕ ਹੈ ਹਰਮੋਨੀਅਮ ਨਾਲ ਕੀਰਤਨ, ਮੈਂ ਕੋਈ ਇਹ 'ਤੇ ਓਬਜੈਕਸ਼ਨ ਨਹੀਂ ਕਰ ਰਿਹਾ ਵੀ ਹਰਮੋਨੀਅਮ ਨਾਲ ਕੀਰਤਨ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਜਾਂ ਕਿਵੇਂ ਹੈ, ਪਰ ਕਮ ਸੇ ਕਮ ਤੁਸੀਂ ਸਾਰੇ ਰਲ ਕੇ ਕੌਮ ਨੂੰ ਇੱਕ ਰਬਾਬੀ ਤਾਂ ਦੇ ਦਿਓ ਵੀ ਸ਼ੈਲੀ 'ਤੇ ਨਾ ਘੱਟੋ ਘੱਟ ਮਾਰਨ ਦਿਓ। ਫਿਰ ਜੇ ਕਿਸੇ ਨੇ ਮੰਨ ਲਓ ਮੇਰੇ ਵਰਗੇ ਨੇ ਕੀਰਤਨ ਕੀਤਾ ਵੀ ਇੱਕ ਦੋ, ਮੇਰੇ ਨਾਲ ਮੈਂ ਤੁਹਾਨੂੰ ਆਪਣੀ ਪਰਸਨਲੀ ਦੱਸ ਦਿੰਦਾ ਵੀ ਜੇ ਕੀਰਤਨ ਕੀਤਾ ਵੀ ਹੈ ਅਤੇ ਨਹੀਂ ਭਾਈ ਸਾਹਿਬ ਜੀ ਮਜ਼ਾ ਨਹੀਂ ਆਇਆ, ਵੀ ਮਜ਼ਾ ਕਿਉਂ ਨਹੀਂ ਆਇਆ, ਕਿਉਂਕਿ ਉਹਦੇ ਦੇ ਆਵਾਜ਼ ਸਾਊਂਡ ਨਹੀਂ ਫੁੱਲ ਹੈਗਾ, ਉਹਦੇ 'ਚ ਮਿਠਾਸ ਹੈ, ਤੁਹਾਨੂੰ ਟਿੱਕ ਕੇ ਸੁਣਨਾ ਪਏਗਾ, ਟਿਕਾ ਸਾਡੇ ਜੋ ਖਤਮ ਹੋ ਗਿਆ। ਉਹਦੇ ਵਿੱਚ ਕੀ ਹੁੰਦਾ ਹੈ ਕਿ ਰਬਾਬ ਨੇ ਆਪਣਾ ਇੱਕ ਸਟਰੋਕ ਦੇਣਾ, ਆਪਣੀ ਇੱਕ ਸੁਰ ਦੇਣੀ ਹੈ, ਰਬਾਬ ਦੀ ਇੱਕ ਆਪਣੀ ਗੁੰਜਾਰ ਹੈ, ਉਸ ਗੁੰਜਾਰ ਦੇ ਅੰਦਰ ਜਾਣਾ ਪਏਗਾ ਤੁਹਾਨੂੰ। ਵੀ ਤੁਹਾਡੇ ਕਹਿਣ ਤੋਂ ਭਾਵੇਂ ਇਸ ਕਰਕੇ ਕੀਰਤਨੀ ਆਪਣੀ ਰੁਚੀ ਨਹੀਂ ਦਿਖਾਉਂਦੇ ਕਿਉਂਕਿ ਇਹ ਬਹੁਤ ਔਖਾ ਸਾਜ਼ ਹੈ, ਮਹਿੰਗਾ ਸਾਜ਼ ਹੈ। ਚਲੋ ਆਪਾਂ ਇਹ ਵੀ ਗੱਲ ਲਾ ਲਈ ਵੀ ਔਖਾ ਸਾਜ਼ ਹੈ। ਕੁਝ ਕੁ ਕੀਰਤਨੀਆਂ ਨੂੰ ਮੈਂ ਪੁੱਛਿਆ ਵੀ ਰਬਾਬ ਵਾਲੇ ਪਾਸੇ ਕਿਉਂ ਨਹੀਂ ਆਉਂਦੇ, ਤੇ ਉਹਨਾਂ ਦਾ ਇੱਕ ਜਵਾਬ ਆਮ ਕਰਕੇ ਪੱਕਾ ਪਕਾਇਆ, ਭਾਜੀ ਸੁਣਦਾ ਕੌਣ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਸੁਣਦੇ ਨਹੀਂ ਸੀ ਲੋਕ? ਬਸ ਇਹ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸੀ, ਗੁਰੂ ਨਾਨਕ ਪਾਤਸ਼ਾਹ ਜੀ ਗਾਉਂਦੇ ਸਨ, ਉਦੋਂ ਵੀ ਦੁਨੀਆਂ ਸੁਣਦੀ ਸੀ, ਹੁਣ ਕਿਉਂ ਨਹੀਂ ਸੁਣਦੀ? ਹੁਣ ਟੇਸਟ ਖਰਾਬ ਹੋਇਆ ਤੇ ਕਿਉਂ ਹੋਇਆ ਜੀ? ਤੁਸੀਂ ਕੀ ਮਹਿਸੂਸ ਕਰਦੇ ਹੋ ਇਹਦਾ ਮਹਿਸੂਸ? ਵੀ ਰਬਾਬ ਨੂੰ ਭੁੱਲ ਜਾਣ ਦੇ ਵਿੱਚ ਸਭ ਤੋਂ ਵੱਡਾ ਰੋਲ ਕਿਹਨਾਂ ਲੋਕਾਂ ਵੱਲੋਂ ਹੈ? ਮੈਨੂੰ ਤਾਂ ਲੱਗਦਾ ਹੈ ਕਿ ਸਾਡੇ ਆਪਣਿਆਂ ਵੱਲੋਂ ਹੀ ਹੈ ਵੀ ਜਿਵੇਂ ਸਾਡੇ ਮਾਨ ਕੀਰਤ ਆਪਣਿਆਂ ਤੋਂ ਕਹਿਣ ਤੋਂ ਭਾਵ ਜਿਵੇਂ ਸਾਡੇ ਮੇਨ ਸਪੈਸ਼ਲ ਜਿਨ੍ਹਾਂ ਦਾ ਨਾਮ ਉੱਪਰ ਆਉਂਦਾ ਹੈ ਜਿਵੇਂ ਹਰਜਿੰਦਰ ਸਿੰਘ ਜੀ ਸ੍ਰੀਨਗਰ ਹੋ ਗਏ, ਠੀਕ ਹੈ, ਜਾਂ ਰਿਆੜ ਸਾਹਿਬ ਜਿਹਨੂੰ ਅਸੀਂ ਕਹਿੰਦੇ ਹਾਂ ਉਹਨਾਂ ਦਾ ਨਾਮ ਹੋ ਗਿਆ, ਜਾਂ ਜਿੰਨੇ ਵੀ ਕੀਰਤਨੀਆਂ ਮੇਨ ਨੇ, ਠੀਕ ਹੈ ਜੀ, ਮੈਂ ਜ਼ਿਆਦਿਆਂ ਦਾ ਨਾਂ ਲਵਾਂਗੇ ਤਾਂ ਲਿਸਟ ਲੰਬੀ ਹੋ ਜਾਂਦੀ ਹੈ, ਸੋ ਮੇਨ ਬੰਦੇ ਨੇ, ਮੈਂ ਇਹਨਾਂ ਦੇ ਉਹ ਨਹੀਂ ਕਹਿ ਰਿਹਾ ਵੀ ਓਬਜੈਕਸ਼ਨ ਕਰ ਰਿਹਾ ਕੋਈ, ਮੈਂ ਇਹਨਾਂ ਨੂੰ ਕਹਿ ਰਿਹਾ ਵੀ ਕਮ ਸੇ ਕਮ ਸਾਥ ਤਾਂ ਦਿੰਦੇ, ਇਹ ਕਮ ਸੇ ਕਮ ਇਹ ਤਾਂ ਨਾ ਕਹਿੰਦੇ ਵੀ ਭਾਈ ਸਾਹਿਬ ਜੀ ਸੁਣਦਾ ਕੌਣ ਹੈ। ਹੁਣ ਧਰਮ ਸਿੰਘ ਜੀ ਜ਼ਖਮੀ, ਅਮਰੀਕ ਸਿੰਘ ਜੀ ਜ਼ਖਮੀ ਨੇ, ਠੀਕ ਹੈ, ਬੇਸ਼ੱਕ ਉਹ, ਮੈਂ ਇਹ ਨਹੀਂ ਮੰਨਦਾ ਵੀ ਉਹਨਾਂ ਨੇ ਰਬਾਬ ਨਾਲ ਕੀਰਤਨ ਕੀਤਾ। ਹੁਣ ਮੈਨੂੰ ਕਈ ਵਾਰੀ ਤੁਹਾਨੂੰ ਕਹਿਣਗੇ ਵੀ ਲੋਕ ਵੀ ਮੈਨੂੰ ਵੀ ਕਈ ਵਾਰ ਸਵਾਲ ਆਇਆ ਕਿ ਭਾਈ ਸਾਹਿਬ ਜੀ ਤੁਸੀਂ ਕਰਕੇ ਵਿਖਾ ਦਿਓ, ਫਿਰ ਰਬਾਬ ਨਾਲ ਕਿਉਂ ਨਹੀਂ ਕੀਰਤਨ ਕਰਦੇ? ਉਹ ਅੱਗੋਂ ਕਹਿ ਦਿੰਦੇ ਭਾਈ ਸਾਹਿਬ ਜੀ ਤੁਸੀਂ ਕਰ ਲਓ, ਫਿਰ ਸੁਣਦਾ ਕੌਣ ਹੈ? ਅਤੇ ਸੰਗਤ ਤਾਂ ਸੁਣਦੀ ਨਹੀਂ, ਅਸੀਂ ਤਾਂ ਜੋ ਰਵਾਇਤ ਚੱਲ ਰਹੀ ਹੈ, ਜੋ ਸੰਗਤ ਸੁਣਨਾ ਪਸੰਦ ਕਰਦੀ ਹੈ, ਅਤੇ ਅਸੀਂ ਤਾਂ ਉਹ ਕਰਾਂਗੇ। ਫਿਰ ਮੇਰੇ ਮਨ 'ਚ ਵੀ ਸਵਾਲ ਆਉਂਦਾ ਵੀ ਕੀ ਅੱਜ ਦੀ ਸੰਗਤ ਕਮਜ਼ੋਰ ਹੋ ਗਈ ਹੈ ਜਾਂ ਪਹਿਲਾਂ ਵਾਲੀ ਸੰਗਤ ਕਮਜ਼ੋਰ ਸੀ? ਹੁਣ ਸਵਾਲ ਤਾਂ ਇਹੋ ਹੀ ਆਉਣਾ ਵੀ ਜਾਂ ਤਾਂ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਲੈ ਕੇ ਤੇ ਜਿੰਨਾ ਸਾਡਾ ਪੁਰਾਤਨ ਰਿਵਾਜ਼ ਹੈ ਉਦੋਂ ਤੱਕ ਸੰਗਤ ਕਮਜ਼ੋਰ ਸੀ, ਤੇ ਜਾਂ ਫਿਰ ਜਿਹੜੀ ਹੁਣ ਹੈ ਹੁਣ ਕਮਜ਼ੋਰ ਹੈ, ਇੱਕ ਨੂੰ ਤਾਂ ਮੰਨਣਾ ਪਏਗਾ, ਜੇ ਉਹਨਾਂ ਨੂੰ ਨਹੀਂ ਮੰਨਦੇ ਤਾਂ ਤੁਸੀਂ ਮੰਨਣਾ, ਤੁਹਾਨੂੰ ਮੰਨਣਾ ਪਏਗਾ। ਇਸ ਕਰਕੇ ਸਾਨੂੰ ਨਾ ਪ੍ਰਮੋਟ ਕਰਨ ਦਾ ਕਾਰਨ ਇਹ ਹੈ ਵੀ ਅਸੀਂ ਆਪਣੀ ਸਿਰਫ ਕਮਾਈ ਦਾ ਸਾਧਨ ਬਣਾਇਆ, ਕੀਰਤਨ ਇੱਕ ਕਮਾਈ ਦਾ ਸਾਧਨ ਬਣ ਗਿਆ, ਵੀ ਉਸ ਚੀਜ਼ ਨੂੰ ਸਾਂਭਣ ਦਾ ਯਤਨ ਨਹੀਂ ਕੀਤਾ। ਜੇ ਹੁਣ ਡਾਕਟਰ ਗੁਰਨਾਮ ਸਿੰਘ ਹੋਣਾ ਨੂੰ ਮੈਂ ਤਾਂ ਹਾਰਮੋਨੀਅਮ ਤੋਂ ਬਾਅਦ ਵੀ ਕੋਈ ਐਸੀ ਚੀਜ਼ ਆ ਜਾਂਦੀ ਹੈ ਜੀ ਜਿਹੜੀ ਇਹਦੋਂ ਵੀ ਸੌਖੀ ਹੈ ਜੀ, ਜਿਵੇਂ ਕਿ ਆਪਾਂ ਆਮ ਕਰਕੇ ਦੇਖ ਲਓ ਬਈ ਵਿੱਚੇ ਸੈੱਲ ਪੈਂਦੇ ਨੇ, ਉਹ ਪੱਖਾ ਵੀ ਨਹੀਂ ਚਲਾਉਣਾ ਪੈਂਦਾ ਤੇ ਚਲੋ ਉਸੇ ਦੇ ਉੱਪਰ ਕਰ ਦਿੱਤਾ, ਚੱਲ ਪਿਆ ਕੰਮ ਜਦੋਂ ਮਰਜ਼ੀ ਤੁਸੀਂ ਸਟੇਜਾਂ ਦੇ ਉੱਤੇ ਦੇਖ ਲਓ, ਹੁਣ ਤੇ ਉੱਥੋਂ ਵੀ ਕਹਿੰਦੇ ਵੀ ਪੱਖਾ ਵੀ ਨਾ ਮਾਰਨਾ ਪਵੇ ਸਾਨੂੰ, ਤੇ ਉਧਰ ਆ ਜਾਓ ਤੁਸੀਂ, ਉਹ ਵੀ ਚੱਲ ਪਿਆ ਕੰਮ, ਉਹਦੇ ਕੈਸ਼ੀਓ ਰੱਖੇ ਨੇ ਤੇ ਗਾਣੇ ਗਾਈ ਜਾਂਦੇ ਨੇ, ਠੀਕ ਹੈ ਜੀ। ਗਾਣੇ ਗਾਉਣ ਦਾ ਕਾਰਨ ਇਹ ਹੈ ਤੁਹਾਨੂੰ ਬਣੀ ਬਣਾਈ ਕੰਪੋਜੀਸ਼ਨ ਮਿਲਣੀ ਹੈ,
ਤੇ ਬਣੀ ਬਣਾਈ ਦੇ ਉੱਤੇ ਸਿਰਫ ਤੁਸੀਂ ਸੁਰ ਕੱਢਣੀ ਹੈ ਤੇ ਉੱਤੇ ਸ਼ਬਦ ਫਿੱਟ ਕਰਕੇ ਤੇ ਗਾ ਦੇਣਾ। ਹੁਣ ਜਿਹੜਾ ਰਬਾਬ ਆ, ਰਬਾਬੀ ਸਟਾਈਲ ਹੈ, ਮੈਂ ਤੁਹਾਨੂੰ ਇੱਕ ਇੱਥੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਕਿਉਂਕਿ ਉਹਨਾਂ ਦੇ ਮਨ 'ਚ ਇੱਕ ਸਵਾਲ ਚੱਲੇਗਾ ਵੀ ਜਿੰਨੇ ਪੁਰਾਤਨ ਜਥੇ ਕੀਰਤਨ, ਹਾਲਾਂਕਿ ਗੁਲਾਮ ਮੁਹੰਮਦ ਚਾਂਦ ਜੀ ਵੀ ਹਰਮੋਨੀਅਮ 'ਤੇ ਕੀਰਤਨ ਕਰਦੇ ਨੇ, ਵੀ ਉਹਦਾ ਕੀ ਕਾਰਨ ਹੈ? ਵੀ ਕਿਉਂਕਿ ਸਵਾਲ ਤਾਂ ਖੜਾ ਹੋਣਾ ਹੀ ਹੈ। ਇਸ ਸਵਾਲ ਦਾ ਖਾਸ ਜਵਾਬ ਇਹ ਆ ਵੀ ਉਹਨਾਂ ਨੇ ਹਰਮੋਨੀਅਮ ਜ਼ਰੂਰ ਵਰਤ ਲਿਆ, ਉਹਨਾਂ ਨੇ ਸਾਜ਼ ਵੀ ਨਾਲ ਰੱਖੇ ਨੇ, ਤੰਤੀ ਉਹਨਾਂ ਦੇ ਨਾਲ, ਵਾਇਲਨ ਵੀ ਵੱਜਦੀ, ਦਿਲ ਰੁਬਾ ਵੀ ਵੱਜਦਾ ਰਿਹਾ, ਪਰ ਉਹਨਾਂ ਨੇ ਆਪਣਾ ਸਟਾਈਲ ਨਹੀਂ ਛੱਡਿਆ। ਰਾਗ ਦੇ ਵਿੱਚ ਸ਼ਬਦ ਨੂੰ ਬਣਾਉਣਾ, ਰਾਗ ਦੀ ਕੰਪੋਜੀਸ਼ਨ ਬਣਾਉਣੀ, ਰਾਗ ਦਾ ਸਭ ਤੋਂ ਪਹਿਲਾਂ ਮਾਹੌਲ ਬਣਾਉਣਾ। ਹੁਣ ਚਾਰ ਚੀਜ਼ਾਂ ਨੇ, ਸਭ ਤੋਂ ਪਹਿਲਾਂ ਕੀਰਤਨ ਸ਼ੁਰੂ ਕਰਨ ਤੋਂ ਪਹਿਲਾਂ ਰਵਾਇਤ ਆ ਸਾਡੀ ਕਿ ਅਸੀਂ ਸ਼ਾਨ ਵਜਾਉਣੀ ਹੈ ਜੀ। ਸ਼ਾਨ ਦਾ ਮਤਲਬ ਹੁੰਦਾ ਕਿ ਸੰਗਤ ਨੂੰ ਪਹਿਲਾਂ ਉਸ ਮਾਹੌਲ ਬਣਾਉਣਾ, ਰਾਗ ਦੇ ਮਾਹੌਲ 'ਚ ਲਿਆਓ, ਸੰਗਤ ਨੂੰ ਕਹੋ ਟਿਕ ਜਾਓ ਵੀ ਅਸੀਂ ਆਹ ਗਾਉਣ ਲੱਗੇ, ਸੰਗਤ ਨੂੰ ਕਹੋ ਟਿਕ ਜਾਓ, ਹੁਣ ਤੁਹਾਡੇ ਦਿਮਾਗ ਦੇ ਧੁਰ ਅੰਦਰ ਤੱਕ ਅਸੀਂ ਸੁਰ ਪਹੁੰਚਾਤੀ ਹੈ, ਹੁਣ ਇਸ ਸੁਰ 'ਚ ਅਸੀਂ ਗਾਵਾਂਗੇ। ਇਹ ਕੇਵਲ ਸੁਰ ਗਈ ਹੈ, ਹੁਣ ਸ਼ਬਦ ਜਾਏਗਾ। ਵੇਖੋ ਕਿੰਨੀ ਕਮਾਲ ਦੀ ਰਵਾਇਤ ਸੀ। ਫਿਰ ਹੁੰਦਾ ਸੀ ਮੰਗਲਾਚਰਨ, ਮੰਗਲਾਚਰਨ ਤੋਂ ਸੰਗਤ ਅੰਦਾਜ਼ਾ ਲਾਉਂਦੀ ਸੀ ਕਿ ਅੱਜ ਕਿਸੇ ਦੇ ਭੋਗ ਦਾ ਕੀਰਤਨ ਹੈ, ਅੱਜ ਖੁਸ਼ੀ ਦਾ ਕੀਰਤਨ ਹੈ, ਅੱਜ ਕੀ ਹੈ, ਮੰਗਲਾਚਰਨ ਹੋ ਗਿਆ। ਉਸ ਤੋਂ ਬਾਅਦ ਸ਼ਬਦ ਗਾਇਨ, ਉਸ ਤੋਂ ਬਾਅਦ ਪੌੜੀ, ਅਤੇ ਸਾਰੀ ਸੰਗਤ ਨੂੰ ਇਹ ਪਤਾ ਹੁੰਦਾ ਸੀ ਵੀ ਰਾਗੀ ਨੇ ਪੌੜੀ ਲਾ ਦਿੱਤੀ ਹੈ, ਪੌੜੀ ਦਾ ਗਾਇਨ ਹੋ ਗਿਆ ਅਤੇ ਕੀਰਤਨ ਦੀ ਸਮਾਪਤੀ ਹੈ। ਅੱਜ ਦੇ ਸਰੋਪੇ ਪੈਣ ਤੋਂ ਬਾਅਦ ਵੀ ਸੰਗਤ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਕੀਰਤਨ ਸਮਾਪਤ ਹੋਏਗਾ। ਉਹਦਾ ਕਾਰਨ ਕੀ? ਕਿਉਂਕਿ ਅਸੀਂ ਲਾਸਟ 'ਤੇ ਪੌੜੀ ਨਹੀਂ ਲਾਉਂਦੇ, ਅਸੀਂ ਪੌੜੀ ਦਾ ਗਾਇਨ ਕਰਨਾ ਛੱਡ ਦਿੱਤਾ। ਅਸੀਂ ਕਹਿਤਾ ਵੀ ਦਰਬਾਰ ਸਾਹਿਬ ਦੀ ਰਵਾਇਤ ਹੈ ਪੌੜੀ ਨਾਲ ਗਾਇਨ ਕਰਨਾ, ਵੀ ਬਾਕੀ ਸਟੇਜਾਂ ਤੇ ਸ਼ੈਲੀ ਮਰਿਆਦਾ ਸਾਰੀਆਂ ਚੀਜ਼ਾਂ ਖਤਮ, ਉਹ ਬਸ ਦਰਬਾਰ ਸਾਹਿਬ ਦਾ ਕੀ ਹੈ, ਸਾਜ਼ ਵੀ ਖਤਮ ਹੋ ਗਿਆ, ਸ਼ੈਲੀ ਵੀ ਖਤਮ ਹੋ ਗਿਆ, ਸਭ ਕੁਝ ਖਤਮ ਹੋ ਗਿਆ। ਹੁਣ ਸਾਨੂੰ ਥੋੜੇ ਸ਼ਬਦਾਂ ਦੇ ਵਿੱਚ ਸਿਰਫ ਇਹਨਾਂ ਕੋ ਦੱਸ ਦਿਓ ਵੀ ਤੁਹਾਡੇ ਮੁਤਾਬਕ ਹੁਣ ਕਿੰਨਾ ਲੋਕਾਂ ਨੂੰ ਕੀ ਉਦਮ ਕਰਨਾ ਚਾਹੀਦਾ? ਮੈਂ ਸ਼ਬਦ ਕਿੰਨਾ ਲੋਕਾਂ ਦੀ ਤਾਂ ਵਰਤਦਾ ਮੈਂ ਕਿਉਂਕਿ ਸੰਸਥਾਵਾਂ, ਪ੍ਰਚਾਰਕ ਸਾਰੇ ਵਿੱਚ ਆ ਜਾਂਦੇ ਨੇ, ਕਿੰਨਾ ਲੋਕਾਂ ਨੂੰ ਕੀ ਉਦਮ ਕਰਨਾ ਚਾਹੀਦਾ ਕਿ ਅਸੀਂ ਦੁਬਾਰਾ ਉਸ ਸ਼ੈਲੀ ਨੂੰ ਕਾਇਮ ਕਰ ਸਕੀਏ ਤੇ ਸੰਗਤ ਦਾ ਉਹ ਟੇਸਟ ਬਣ ਜਾਵੇ ਤੇ ਅਸੀਂ ਤੰਤੀ ਸਾਜ਼ਾਂ ਨਾਲ ਕੀਰਤਨ ਕਰੀਏ ਜਿਹੜੇ ਸਾਡੇ ਵਾਕਿਆ ਹੀ ਅੰਦਰ ਦੀਆਂ ਅਵਸਥਾਵਾਂ ਨੂੰ ਬੜੇ ਸੋਹਣੇ ਢੰਗ ਦੇ ਵਿੱਚ ਪ੍ਰਭਾਵਿਤ ਕਰਦੇ ਆ ਜੀ। ਹੁਣ ਤੁਸੀਂ ਬੜਾ ਸੋਹਣਾ ਸਵਾਲ ਕੀਤਾ ਤੇ ਮੈਂ ਤੇ ਇਹੋ ਕਹਿਣਾ ਚਾਹੁੰਦਾ ਕਿ ਜਿਹੜੇ ਕਾਲਜ ਯੂਨੀਵਰਸਿਟੀਆਂ ਜਿਨ੍ਹਾਂ ਨੂੰ ਪਤਾ ਹੈ ਕਿ ਇਹ ਸਾਜ਼ ਦੀ ਮਹੱਤਤਾ ਕੀ ਹੈ ਜੀ, ਉਹਨਾਂ ਲੋਕਾਂ ਵੱਲੋਂ ਤੇ ਜਿਹੜੇ ਰਾਗੀ ਸਿੰਘ ਸਾਡੇ ਨੇ, ਜਿੰਨੇ ਵੀ ਸਾਡੇ ਕੀਰਤਨੀਆਂ ਨੇ, ਉਹਨਾਂ ਕੀਰਤਨੀਆਂ ਵੱਲੋਂ ਅਸੀਂ ਤੁਹਾਡਾ ਸਾਥ ਦਿੰਦੇ ਹਾਂ, ਉਹ ਇਹ ਗੱਲ ਕਹਿਣ ਜਾ ਕੇ ਵੀ ਅਸੀਂ ਤੁਹਾਡਾ ਸਾਥ ਦਿੰਦੇ ਹਾਂ, ਪਰ ਸਾਨੂੰ ਪ੍ਰੋਪਰ ਤੁਹਾਡੇ ਕੋਲੋਂ, ਇੱਕ ਯੂਨੀਵਰਸਿਟੀ ਕੋਲੋਂ, ਸਾਡੀਆਂ ਤਿੰਨ ਯੂਨੀਵਰਸਿਟੀਆਂ ਨੇ, ਸਾਡੇ ਤਿੰਨਾਂ ਯੂਨੀਵਰਸਿਟੀਆਂ ਦੇ ਵਿੱਚੋਂ ਸਾਨੂੰ ਤਿੰਨ ਟੌਪ ਦੇ ਰਾਗੀ ਜਿਹੜੇ ਨੇ ਉਹ ਰਬਾਬੀ ਚਾਹੀਦੇ ਨੇ, ਜਿਹੜੇ ਰਬਾਬ 'ਤੇ ਹੀ ਕੀਰਤਨ ਕਰਨ, ਤਾਂ ਕਿ ਅਸੀਂ ਉਹਨਾਂ ਨੂੰ ਇੱਕ ਆਈਡਲ ਬਣਾ ਕੇ ਅੱਗੇ ਪੇਸ਼ ਕਰੀਏ ਕਿ ਸਾਡੀ ਕੌਮ ਕੋਲ ਜਿਹੜੇ ਨੇ ਉਹ ਰਬਾਬੀ ਕੀਰਤਨੀਏ ਨੇ। ਫਿਰ ਕਾਲਜ ਨੇ ਜਿਹੜੇ, ਕਾਲਜ ਉਹਨਾਂ ਨੂੰ ਤਿਆਰ ਕਰਨ, ਉਹਨਾਂ ਦਾ ਬੇਸ ਬਣਾਉਣ, ਕਿਉਂਕਿ ਰਬਾਬ ਇੱਕ ਸਾਲ ਦਾ ਵਿਸ਼ਾ ਨਹੀਂ ਹੈ, 3 ਸਾਲ ਕੋਰਸ ਕਰੋ, ਰਬਾਬ ਦਾ ਬੇਸਿਕ ਪਤਾ ਲੱਗੇ ਤੁਹਾਨੂੰ, ਫਿਰ ਉਹਦੇ 'ਤੇ ਗਾਉਣਾ ਕਿੱਦਾਂ, ਉਹਨੂੰ ਯੂਨੀਵਰਸਿਟੀ 'ਚ ਰਿਪੇਅਰਿੰਗ ਹੋਵੇ ਉਹਦੀ ਉਹਦੀ, ਕਿਉਂਕਿ ਇਹ ਸਾਰਾ ਕੁਝ ਜਿਵੇਂ ਮਸ਼ੀਨ ਰਿਪੇਅਰ ਹੁੰਦੀ ਹੈ, ਇਹ ਸੰਗੀਤ ਵੀ ਰਿਪੇਅਰ ਹੈ, ਅਤੇ ਜਦੋਂ ਜਦੋਂ ਬੰਦਾ ਬੁੱਢਾ ਹੁੰਦਾ ਸੰਗੀਤ ਜਵਾਨ ਹੁੰਦਾ। ਸਾਡੇ ਲੋਕਾਂ ਨੇ ਕੀ ਬਣਾ ਲਿਆ ਵੀ ਅਸੀਂ ਜਵਾਨ ਹਾਂ ਅਤੇ ਸੰਗੀਤ ਜਵਾਨ ਹੋਣਾ ਚਾਹੀਦਾ, ਪਰ ਨਹੀਂ, ਕਿਸੇ ਉਸਤਾਦ ਕੋਲੋਂ ਪੁੱਛ ਕੇ ਵੇਖਿਓ, ਉਸਤਾਦ ਇਹ ਗੱਲ ਕਹੇਗਾ ਕਿ ਮੈਂ ਬੁੱਢਾ ਹੋ ਗਿਆ ਪਰ ਹੁਣ ਮੇਰਾ ਸੰਗੀਤ ਜਵਾਨ ਹੋਇਆ, ਕਿਉਂਕਿ ਹੁਣ ਹੀ ਮੇਰੇ ਸਮਝ ਹੋਣ ਪਈ ਆ, ਸਮਝ ਹੋਣ ਪਈ, ਤੇ ਸਾਡੇ ਬੱਚੇ ਕੀ ਕਰਦੇ ਨੇ, ਤੇ ਜਿਨ੍ਹਾਂ ਦਾ ਤੁਸੀਂ ਨਾਮ ਲਏ ਹੈ ਵੀ ਚਾਂਦ ਜੀ ਹੋਰੀ ਸਾਰੇ, ਹਨਾ, ਇਹਨਾਂ ਨੂੰ ਲੋਕੀ ਕਹਿੰਦੇ ਰਬਾਬੀ ਰਹੇ ਨੇ ਪਰ ਵਜਾਉਂਦੇ ਇਹ ਹਾਰਮੋਨੀਅਮ ਰਹੇ ਨੇ, ਇਹ ਕੀ ਚੱਕਰ ਹੋ ਗਿਆ? ਇਹਦਾ ਚੱਕਰ ਇਹ ਹੈ ਕਿ ਉਹਨਾਂ ਨੇ ਸਟਾਈਲ ਨਹੀਂ ਛੱਡਿਆ, ਹੁਣ ਰਵਾਇਤ ਪਰ ਰਬਾਬੀ ਤੇ ਰਬਾਬ ਨਾਲ ਕੀਰਤਨ ਕਰਨ ਵਾਲੇ ਨੂੰ ਕਹਾਂਗੇ ਨਾ, ਪਰ ਅਸੀਂ ਸਾਡੇ ਵਿੱਚ ਘਾਟ ਇਹ ਹੈ ਕਿ ਅਸੀਂ ਜੇ ਸੰਗਤ ਨੂੰ ਸੁਣਾਉਣਾ ਤੇ ਸੰਗਤ ਵੀ ਨਹੀਂ ਤੇ ਪਸੰਦ ਕਰਦੀ, ਹੁਣ ਜੀ ਸੰਗਤ ਵੀ ਓਬਜੈਕਸ਼ਨ ਕਰ ਦਿੰਦੀ ਹੈ ਕਿ ਸਾਨੂੰ ਮਜ਼ਾ ਨਹੀਂ ਆਇਆ, ਹੁਣ ਜਦੋਂ ਮਜ਼ਾ ਹੀ ਨਹੀਂ ਆਇਆ ਤੇ ਉਹ ਬੰਦਾ ਕਿੰਨਾ ਕੁ ਚਿਰ ਸਾਜ ਵਜਾਏਗਾ? ਅਸਲ ਵਿੱਚ ਤੇ ਸਾਡੀ ਵੀ ਜ਼ਿੰਮੇਵਾਰੀ ਹੈ ਨਾ, ਅਸੀਂ ਹੁਣ ਸਾਰੇ ਪ੍ਰਚਾਰਕਾਂ ਨੂੰ ਤੇ ਕਹੀ ਜਾਂਦੇ ਹਾਂ ਵੀ ਉਹਦੀ ਪ੍ਰਚਾਰਕ ਦੀ ਜ਼ਿੰਮੇਵਾਰੀ ਨਹੀਂ ਹੈ ਜੀ, ਕੀਰਤਨੀ ਨੇ ਜ਼ਿੰਮੇਵਾਰੀ ਨਹੀਂ ਚੱਗੀ, ਪਰ ਤੁਸੀਂ ਇਹ ਸੋਚੋ ਵੀ ਜਿਹੜਾ ਸੰਗਤ ਥੱਲੇ ਬੈਠੀ ਗਾ ਰਹੀ ਹੈ, ਉਹਨੇ ਵੀ ਤੇ ਕਹਿਣਾ ਸੀ ਭਾਈ ਸਾਹਿਬ ਜੀ ਤੁਸੀਂ ਕੀਰਤਨੀ ਇਹਦੇ ਨਾਲ ਕਰਨਾ, ਜੀ ਜੀ ਜੀ, ਅਸੀਂ ਸੁਣਨਾ ਹੀ ਤੁਹਾਡੇ ਕੋਲੇ ਹੈ ਤੇ ਕੀਰਤਨੀ ਆਪੇ ਰਬਾਬ ਜਾਏਗਾ। ਜੀ ਜੀ, ਗਿਆਨੀ ਜੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ, ਤੁਸੀਂ ਸਮੇਂ ਦੇ ਵਿੱਚੋਂ ਸਮਾਂ ਕੱਢਿਆ। ਦੇਸ਼ ਵਿਦੇਸ਼ ਦੇ ਦਰਸ਼ਕੋ, ਜਦੋਂ ਕਿਤੇ ਪ੍ਰਾਚੀਨ ਸੰਸਥਾਵਾਂ ਦੇ ਕੋਲ ਜਾਈਏ ਜਾਂ ਟਕਸਾਲਾਂ ਦੇ ਕੋਲ ਜਾਈਏ ਜਾਂ ਕਿਸੇ ਮਿਸ਼ਨਰੀ ਕਾਲਜ ਕੋਲ ਜਾਈਏ, ਜਾ ਕੇ ਬੇਨਤੀ ਕਰੀਦੀ ਹੈ ਵੀ ਭਾਈ ਕੋਈ ਸਾਡਾ ਰਬਾਬੀ ਸਿੰਘ ਹੋਣਾ ਚਾਹੀਦਾ, ਰਬਾਬ ਵਾਲਾ ਕੀਰਤਨ। ਅੱਗੋਂ ਇੱਕੋ ਇੱਕ ਜਵਾਬ ਮਿਲਦਾ, ਭਾਈ ਸਾਹਿਬ ਹੈ ਨਹੀਂ, ਉਂਝ ਨਿੱਕੀ ਨਿੱਕੀ ਗੱਲ ਦੇ ਉੱਪਰ ਪਰੰਪਰਾ ਦਾ ਘਾਣ ਹੋ ਗਿਆ, ਪਰੰਪਰਾਵਾਂ ਨੂੰ ਲੈ ਕੇ ਬਹਿ ਜਾਂਦੇ ਹਾਂ, ਅਤੇ ਕਦੀ ਕੀਰਤਨ ਦੀ ਪਰੰਪਰਾ ਦਾ ਖਿਆਲ ਨਹੀਂ ਕੀਤਾ ਵੀ ਕੀਰਤਨ ਦੀ ਕੀ ਪਰੰਪਰਾ। ਕਮਾਲ ਦੀ ਗੱਲ ਹੋ ਗਈ, ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਪਰੰਪਰਾ ਦਾ ਘਾਣ ਹੋ ਜਾਏਗਾ, ਪਰੰਪਰਾ ਦਾ ਘਾਣ ਹੋ ਜਾਏਗਾ, ਪਰ ਕੀਰਤਨ ਦੀ ਕੀ ਪਰੰਪਰਾ ਸੀ?
ਕੀ ਸੱਚੀਮੁੱਚ ਹਾਰਮੋਨੀਅਮ ਦੇ ਉੱਪਰ ਕੀਰਤਨ ਕੀਤਾ ਜਾਂਦਾ ਹੁੰਦਾ ਸੀ ਪ੍ਰਾਚੀਨ ਸਮੇਂ ਦੇ ਵਿੱਚ? ਇਹਨੂੰ ਬੈਗਰ ਇੰਸਟਰੂਮੈਂਟ ਕਿਹਾ ਜਾਂਦਾ ਸੀ। ਪਰ ਕਿੱਡੀ ਗਜ਼ਬ ਦੀ ਗੱਲ ਹੈ ਕਿ ਅੱਜ ਸਾਡੇ ਗੁਰਦੁਆਰਿਆਂ ਦੇ ਵਿੱਚੋਂ 33 ਸਾਜ਼ ਗਾਇਬ ਹੋ ਗਏ ਨੇ ਅਤੇ ਅਸੀਂ ਹਾਰਮੋਨੀਅਮ ਦੇ ਉੱਪਰ ਕੀਰਤਨ ਕਰਦੇ ਹਾਂ। ਕਿੰਨਾ ਚੰਗਾ ਹੋਵੇ ਜੇ ਸਾਡੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਇਸ ਪਾਸੇ ਥੋੜ੍ਹਾ ਧਿਆਨ ਦੇਣ, ਗੁਰਮਤਿ ਸੰਗੀਤ ਵਾਲੇ ਪਾਸੇ ਬੱਚੇ ਸਾਡੇ ਆਉਣ, ਸਾਡੀਆਂ ਟਕਸਾਲਾਂ ਜਾਂ ਹੋਰ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਜੋ ਪ੍ਰਚਾਰ ਪ੍ਰਸਾਰ ਦੇ ਵਿੱਚ ਦਿਨ ਰਾਤ ਲੱਗੀਆਂ ਹੋਈਆਂ ਨੇ, ਸਾਰਿਆਂ ਨੂੰ ਬੇਨਤੀ ਹੈ ਥੋੜ੍ਹਾ ਧਿਆਨ ਭਾਈ ਇਸ ਪਾਸੇ ਵੀ ਦਿਓ ਤਾਂ ਕਿ ਅਸੀਂ 33 ਸਾਜ਼ਾਂ ਨਾਲ ਕੀਰਤਨ ਕਰਕੇ ਦੁਨੀਆਂ ਨੂੰ ਦੱਸ ਸਕੀਏ ਕਿ ਇਹ ਸਾਡਾ ਸੰਗੀਤ ਹੈ। ਇੰਨਾ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕ ਆ ਜੀ, ਅਗਲੇ ਹਫ਼ਤੇ ਕਿਸੇ ਨਵੀਂ ਸ਼ਖਸੀਅਤ ਤੋਂ ਲੈ ਕੇ ਤੁਹਾਡੇ ਰੂਬਰੂ ਹੋਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲ।